ਗੱਟ ਪੰਜਾਬੀ ਦੇ ਦਾਨਸ਼ਵਰ ਦਰਸ਼ਕਾਂ ਤੇ ਸੁਚੇਤ ਸਰੋਤਾ ਜਨਾਂ ਦਾ ਅੱਜ ਦੇ ਨਿਰਭਉ ਨਿਰਵੈਰ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ ਹੈ। ਸਾਡੇ ਸਮਾਜ ਵਿੱਚ ਆਸੇ ਪਾਸੇ ਜੋ ਕੁਛ ਵੀ ਵਾਪਰ ਰਿਹਾ ਹੈ ਜਿਸ ਦਾ ਸਾਡੇ ਨਾਲ ਤਲਕ ਹੈ, ਤੁਹਾਡੇ ਇਸ ਪ੍ਰੋਗਰਾਮ ਦੇ ਵਿੱਚ ਸਾਡੀ ਕੋਸ਼ਿਸ਼ ਹੈ ਅਸੀਂ ਉਹਨਾਂ ਨੁਕਤਿਆਂ ਨੂੰ ਉਹਨਾਂ ਮੁੱਦਿਆਂ ਨੂੰ ਉਹਨਾਂ ਮਸਲਿਆਂ ਨੂੰ ਉਹਨਾਂ ਇਸ਼ੂਜ਼ ਨੂੰ ਉਭਾਰੀਏ, ਪਰ ਉਸ ਦੇ ਨਾਲ ਉਸਦਾ ਸਹੀ ਵਿਸ਼ਲੇਸ਼ਣ ਕਰਕੇ ਉਹ ਸਾਰੀ ਪੁਣਛਾਣ ਆਪ ਤੱਕ ਪਹੁੰਚਾਈਏ। ਤੁਹਾਡੇ ਵਿਚਾਰਾਂ ਦੇ ਨਾਲ ਗੁੰਦ ਕੇ ਉਹ ਅਸੀਂ ਉਸ ਥਾਂ ਤੱਕ ਪਹੁੰਚਾਈਏ ਜਿੱਥੇ ਇਸ ਦੀ ਘਾੜੀ ਜਾਣੀ ਹੈ। ਇਸ ਪ੍ਰੋਗਰਾਮ ਦੇ ਵਿੱਚ ਹਮੇਸ਼ਾ ਦੀ ਤਰ੍ਹਾਂ ਅੱਜ ਅਸੀਂ ਇੱਕ ਵਿਸ਼ੇਸ਼ ਮੁੱਦੇ ਦੇ ਉੱਤੇ ਗੱਲ ਕਰਾਂਗੇ ਔਰ ਜਿਹੜਾ ਕਿ ਬਹੁਤ ਹੀ ਮਹੱਤਵਪੂਰਨ ਵੀ ਹੈ, ਉਹ ਹੈ ਰਾਹੁਲ ਗਾਂਧੀ ਕਾਂਗਰਸ ਦੇ ਨੈਸ਼ਨਲ ਵਾਈਸ ਪ੍ਰੈਜ਼ੀਡੈਂਟ ਵੱਲੋਂ 1984 ਦੇ ਵਿੱਚ ਜੋ ਕੁਛ ਹੋਇਆ ਉਸ ਦੇ ਵਿੱਚ ਜੋ ਟਿੱਪਣੀਆਂ ਕੀਤੀਆਂ ਉਹ ਬਹੁਤ ਹੀ ਅਹਿਮ ਹਨ। ਪਹਿਲੀ ਦਫਾ ਸ਼ਾਇਦ ਇਸ ਪੱਧਰ ਦੇ ਉੱਤੇ ਇਸ ਲੈਵਲ ਦੇ ਉੱਤੇ ਕਿਸੇ ਸੀਨੀਅਰ ਕਾਂਗਰਸੀ ਆਗੂ ਨੇ ਇਹ ਮੰਨਿਆ, ਰਾਹੁਲ ਗਾਂਧੀ ਨੇ ਇਹ ਮੰਨਿਆ ਹੈ ਕਿ ਕੁਛ ਕਾਂਗਰਸੀ ਇਸ ਵਿੱਚ ਸ਼ਾਮਲ ਹੋ ਸਕਦੇ ਹਨ, ਪ੍ਰੋਬੈਬਲੀ ਹੋ ਸਕਦੇ ਹਨ, ਅਗਰ ਹੈ ਤਾਂ ਉਹ ਕਿਹੜੇ ਹਨ। ਪਰ ਦੂਸਰੇ ਪਾਸੇ ਜਦੋਂ ਟਾਈਮਸ ਨਾਓ ਦੇ ਉਸ ਇੰਟਰਵਿਊ ਦੇ ਵਿੱਚ, ਬਹੁਤ ਚਰਚਿਤ ਇੰਟਰਵਿਊ ਦੇ ਵਿੱਚ ਜਦੋਂ ਪੁੱਛਿਆ ਗਿਆ ਕਿ ਕੀ ਰਾਹੁਲ ਗਾਂਧੀ ਉਸ ਲਈ ਮਾਫ਼ੀ ਮੰਗਣ ਲਈ ਤਿਆਰ ਹਨ, ਤਾਂ ਇਸ ਤੋਂ ਉਹਨਾਂ ਨੇ ਸਾਫ਼ ਇਨਕਾਰ ਕਰ ਦਿੱਤਾ। ਸਾਡੀ ਕੋਸ਼ਿਸ਼ ਹੋਏਗੀ ਅਸੀਂ ਇਸ ਸਬਜੈਕਟ 'ਤੇ, ਇਸ ਮੁੱਦੇ 'ਤੇ ਆਪਣੇ ਵਿਸ਼ੇਸ਼ ਮਹਿਮਾਨ ਦੇ ਨਾਲ ਗੱਲਬਾਤ ਕਰੀਏ ਔਰ ਥੋੜ੍ਹਾ ਜਿਹਾ ਇਸ ਮਸਲੇ ਨੂੰ, ਇਸ ਦਾ ਵਿਸ਼ਲੇਸ਼ਣ ਕਰੀਏ, ਕਿਉਂਕਿ ਜ਼ਰੂਰੀ ਇਸ ਕਰਕੇ ਹੈ ਕਿ ਇਹ ਸਾਲ 1984 ਦੀ 30ਵੀਂ ਵਰ੍ਹੇਗੰਢ ਹੈ ਉਸ ਦੀ ਵੀ, ਔਰ ਨਾਲ ਹੀ ਨਾਲ ਸਾਕਾ ਨੀਲਾ ਤਾਰਾ ਜਾਂ ਘੱਲੂਘਾਰੇ ਦੀ ਵੀ। ਸੋ ਇਹ ਸਾਲ ਬਹੁਤ ਹੀ ਮਹੱਤਵਪੂਰਨ ਹੈ। ਅਸੀਂ ਥੋੜ੍ਹੀ ਦੇਰ ਤੱਕ ਉਸ ਦੇ ਬਾਰੇ ਗੱਲਬਾਤ ਕਰਾਂਗੇ, ਪਰ ਕੁਛ ਸੁਰਖੀਆਂ ਹਨ ਜਿਹੜੀਆਂ ਅਸੀਂ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰਨੀਆਂ ਚਾਹੁੰਦੇ ਹਾਂ, ਜਿਹੜੀਆਂ ਕਿ ਕਾਫ਼ੀ ਮਹੱਤਵਪੂਰਨ ਹਨ। ਸਭ ਤੋਂ ਪਹਿਲੀ ਜਿਹੜੀ ਖਬਰ ਹੈ, ਅਸੀਂ ਪਿੱਛੇ ਜਿਹੇ ਇੱਕ ਆਪਣੇ ਇਸ ਪ੍ਰੋਗਰਾਮ ਦੇ ਵਿੱਚ ਨਿਰਭਉ ਨਿਰਵੈਰ ਦੇ ਵਿੱਚ ਗੱਲਬਾਤ ਕੀਤੀ ਸੀ ਸਰਦਾਰ ਜਰਨੈਲ ਸਿੰਘ ਜਰਨਲਿਸਟ ਉਹਨਾਂ ਦੇ ਨਾਲ, ਔਰ ਜਿਹੜਾ ਸੁਪਰੀਮ ਕੋਰਟ ਨੇ ਬਹੁਤ ਮਹੱਤਵਪੂਰਨ ਫੈਸਲਾ ਦਿੰਦੇ ਆ, 15 ਜਿਨ੍ਹਾਂ ਨੂੰ ਫਾਂਸੀ ਦੀ ਸਜ਼ਾ ਹੋਈ ਹੈ, ਸੁਣਾਈ ਗਈ ਹੈ, ਉਹਨਾਂ ਦੀ ਸਜ਼ਾ ਨੂੰ, ਫਾਂਸੀ ਦੀ ਸਜ਼ਾ ਨੂੰ, ਫਾਂਸੀ ਨੂੰ ਉਮਰ ਕੈਦ ਵਿੱਚ ਤਬਦੀਲ ਕਰ ਦਿੱਤਾ। ਔਰ ਉਸ ਦੇ ਵਿੱਚ ਜਿਹੜੀਆਂ ਦਲੀਲਾਂ ਦਿੱਤੀਆਂ ਗਈਆਂ ਕਿ ਅਗਰ ਫਾਂਸੀ ਦੀ ਅਪੀਲ ਸੁਣਨ ਵਿੱਚ, ਰਹਿਮ ਦੀ ਅਪੀਲ ਸੁਣਨ ਦੇ ਵਿੱਚ ਜ਼ਰੂਰਤ ਤੋਂ ਵੱਧ ਦੇਰੀ ਹੋਏ, ਇਹ ਇੱਕ ਬਹੁਤ ਵੱਡਾ ਕਾਰਨ ਹੈ, ਕਿਉਂਕਿ ਇਸ ਦੇ ਨਾਲ ਨਾ ਕੇਵਲ ਉਸ ਦੋਸ਼ੀ ਨੂੰ, ਉਸ ਵਿਅਕਤੀ ਨੂੰ, ਬਲਕਿ ਘਰਦਿਆਂ ਨੂੰ ਵੀ ਨਾਲ ਹੀ ਨਾਲ ਤੁਸੀਂ ਸਜ਼ਾ ਦੇ ਰਹੇ ਹੁੰਦੇ ਹੋ ਜਿਨ੍ਹਾਂ ਦਾ ਕੋਈ ਦੋਸ਼ ਨਹੀਂ ਹੁੰਦਾ। ਔਰ ਉਹਨਾਂ ਨੇ ਉਸ ਅਪੀਲ ਦੇ ਵਿੱਚ ਇੱਕ ਹੋਰ ਬੜਾ ਵੱਡਾ ਮਹੱਤਵਪੂਰਨ ਇੱਕ ਨੁਕਤਾ ਉਠਾਇਆ ਸੀ ਕਿ ਤੁਸੀਂ ਸਜ਼ਾ ਯਾਫਤਾ ਨੂੰ ਕੈਟਾਗਰਾਈਜ਼ ਨਹੀਂ ਕਰ ਸਕਦੇ, ਉਹਦੀ ਕਲਾਸੀਫਿਕੇਸ਼ਨ ਨਹੀਂ ਕਰ ਸਕਦੇ ਕਿ ਇਹ ਆਮ ਕਿਸੇ ਕੇਸ ਦਾ ਮੁਜਰਮ ਹੈ ਜਾਂ ਕਿਸੇ ਅੱਤਵਾਦੀ ਸਰਗਰਮੀ ਦਾ ਟੈਰਰਿਸਟ ਐਕਟੀਵਿਟੀਜ਼ ਵਿੱਚ ਹੈ। ਇਸ ਤੋਂ ਆਸ ਬੱਝੀ ਸੀ ਕਿ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ, ਜਿਨ੍ਹਾਂ ਦੀ ਫਾਂਸੀ ਦੀ ਸਜ਼ਾ ਸੁਪਰੀਮ ਕੋਰਟ ਨੇ
ਰਾਸ਼ਟਰਪਤੀ ਨੇ ਤਬਦੀਲ ਕਰਨ ਵਿੱਚ ਇਨਕਾਰ ਕਰ ਦਿੱਤਾ ਸੀ। ਹੁਣ ਉਹਨਾਂ ਦੇ ਸਿੰਘਣੀ ਬੀਬੀ ਨਵਨੀਤ ਕੌਰ ਨੇ ਸੁਪਰੀਮ ਕੋਰਟ ਦੇ ਵਿੱਚ ਦੁਬਾਰਾ ਅਰਜ਼ੀ ਦਾਖਲ ਕੀਤੀ ਹੈ। ਉਸ 21 ਜਨਵਰੀ ਦੇ ਫੈਸਲੇ ਦੇ ਹਵਾਲੇ ਦੇ ਕੇ ਜਿਹਦੇ ਵਿੱਚ 15 ਦੋਸ਼ੀਆਂ ਨੂੰ ਰਾਹਤ ਦਿੱਤੀ ਗਈ ਸੀ। ਸੁਪਰੀਮ ਕੋਰਟ ਦੇ 4 ਜੱਜਾਂ ਨੇ, ਜਿਨ੍ਹਾਂ ਵਿੱਚ ਚੀਫ ਜਸਟਿਸ ਜਸਟਿਸ ਸਥਾ ਸ਼ਿਵਮ, ਉਹਨਾਂ ਦੇ ਨਾਲ ਦੂਸਰੇ ਜੱਜ ਮਾਨਯੋਗ ਜੱਜ ਆਰ ਐਮ ਲੋਢਾ, ਐਚ ਐਲ ਦੱਤੂ ਅਤੇ ਐਸ ਜੇ ਮੁਖੋਪਾਧਿਆਏ ਸ਼ਾਮਿਲ ਸਨ। ਇਹਨਾਂ ਜੱਜਾਂ ਨੇ ਇਹ ਦਰਖਾਸਤ ਸੁਣੀ ਆਪਣੇ ਚੈਂਬਰ ਦੇ ਵਿੱਚ, ਔਰ ਨਾਲ ਹੀ ਉਹਨਾਂ ਨੇ ਇੱਕ ਆਦੇਸ਼ ਜਾਰੀ ਕੀਤਾ ਕਿ 31 ਤਾਰੀਖ ਨੂੰ ਸਵੇਰੇ 10:30 ਵਜੇ, 31 ਜਨਵਰੀ ਸਵੇਰੇ 10:30 ਵਜੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਦਰਖਾਸਤ ਸੁਣੀ ਜਾਏਗੀ। ਇਸ ਦਰਖਾਸਤ ਦੇ ਵਿੱਚ ਨਵਨੀਤ ਕੌਰ ਨੇ ਇੱਕ ਤਾਂ 21 ਜਨਵਰੀ ਦੇ ਸੁਪਰੀਮ ਕੋਰਟ ਦੇ ਆਪਣੇ ਫੈਸਲੇ ਦੇ ਹਵਾਲੇ ਦਿੱਤੇ ਹਨ, ਔਰ ਨਾਲ ਹੀ ਉਹਨਾਂ ਨੇ ਹੋਰ ਕਈ ਗਰਾਊਂਡਸ ਦਿੱਤੀਆਂ ਜਿਨ੍ਹਾਂ ਦੀ ਗਿਣਤੀ 74 ਹੈ। ਕਾਫੀ ਲੰਬੀ ਚੌੜੀ ਦਰਖਾਸਤ ਉਹਨਾਂ ਨੇ ਦਾਖਲ ਕੀਤੀ ਹੈ, ਔਰ ਜਿਹਦੇ ਵਿੱਚ ਇੱਕ ਗਰਾਊਂਡ ਇਹ ਹੈ ਕਿ ਪ੍ਰੋਫੈਸਰ ਭੁੱਲਰ ਦੀ ਮਰਸੀ ਪਟੀਸ਼ਨ ਨੂੰ ਰੱਦ ਕਰਨ ਲਈ ਸਰਕਾਰ ਨੇ 8 ਸਾਲ ਲਗਾਏ, ਔਰ ਦੂਸਰਾ ਉਹਨਾਂ ਦੀ ਮੈਂਟਲ ਇਲਨੈਸ ਦੀ ਗਰਾਊਂਡ ਵੀ ਦਿੱਤੀ ਗਈ। ਹੁਣ ਦੇਖਣਾ ਹੈ ਕਿ 31 ਜਨਵਰੀ ਨੂੰ ਸੁਪਰੀਮ ਕੋਰਟ ਆਫ ਇੰਡੀਆ ਕੀ ਫੈਸਲਾ ਲੈਂਦੀ ਹੈ। ਔਰ ਇੱਕ ਹੋਰ ਗੱਲ ਜਿਹੜੀ ਸੁਪਰੀਮ ਕੋਰਟ ਨੇ ਇਸ ਮੁਕੱਦਮੇ ਦੇ ਵਿੱਚ ਥੋੜ੍ਹੀ ਜਿਹੀ ਵੱਖਰੀ ਕੀਤੀ ਹੈ, ਉਹ ਇਹ ਹੈ ਕਿ ਆਮ ਤੌਰ ਦੇ ਉੱਤੇ ਐਸੇ ਮੁਕੱਦਮੇ ਚੈਂਬਰ ਵਿੱਚ ਸੁਣੇ ਜਾਂਦੇ ਹਨ, ਯਾਨੀ ਕਿ ਆਮ ਖੁੱਲ੍ਹੀ ਅਦਾਲਤ ਵਿੱਚ ਨਹੀਂ ਸੁਣੇ ਜਾਂਦੇ, ਪਰ ਇਸ ਕੇਸ ਵਿੱਚ ਸੁਪਰੀਮ ਕੋਰਟ ਨੇ ਆਦੇਸ਼ ਦਿੱਤਾ ਹੈ ਕਿ ਪ੍ਰੋਫੈਸਰ ਭੁੱਲਰ ਦਾ ਇਹ ਮੁਕੱਦਮਾ ਖੁੱਲ੍ਹੀ ਅਦਾਲਤ ਦੇ ਵਿੱਚ ਸੁਣਿਆ ਜਾਏਗਾ। ਪ੍ਰੋਫੈਸਰ ਭੁੱਲਰ ਦਾ ਕੇਸ 1993 ਦਾ ਉਹ ਕਾਂਡ ਹੈ ਜਿਸ ਵਿੱਚ ਧਮਾਕਾ ਹੋਇਆ ਸੀ ਔਰ 9 ਬੰਦੇ ਮਾਰੇ ਗਏ ਸੀ, ਜਿਹਦੇ ਵਿੱਚ ਬਿੱਟਾ ਜ਼ਖਮੀ ਹੋਇਆ ਸੀ। ਔਰ ਇਸ ਕੇਸ ਦੇ ਵਿੱਚ ਪ੍ਰੋਫੈਸਰ ਭੁੱਲਰ ਦੇ ਉੱਤੇ ਟਾੜਾ ਲਗਾਇਆ ਗਿਆ ਸੀ, ਟੈਰਰਿਸਟ ਐਂਡ ਡਿਸਰਪਟਿਵ ਐਕਟੀਵਿਟੀਜ਼ ਐਕਟ। ਪਿਛਲੀ ਦਫ਼ਾ ਸੁਪਰੀਮ ਕੋਰਟ ਨੇ ਪ੍ਰੋਫੈਸਰ ਭੁੱਲਰ ਦੀ ਦਰਖਾਸਤ ਇਸ ਬਿਨਾਹ ਦੇ ਉੱਤੇ ਰੱਦ ਕਰ ਦਿੱਤੀ ਸੀ ਕਿ ਜਿਨ੍ਹਾਂ ਦੇ ਉੱਤੇ ਟਾੜਾ ਲੱਗੀ ਹੈ ਜਾਂ ਜਿਹੜੇ ਟੈਰਰਿਸਟ ਹਨ ਉਹਨਾਂ ਨੂੰ ਕੋਈ ਰਹਿਮ ਨਹੀਂ ਦਿੱਤੀ ਜਾ ਸਕਦੀ, ਟੈਰਰਿਸਟ ਨੂੰ ਕੋਈ ਰਿਆਇਤ ਨਹੀਂ ਦਿੱਤੀ ਜਾ ਸਕਦੀ। ਪਰ 21 ਜਨਵਰੀ ਦੇ ਫੈਸਲੇ ਵਿੱਚ ਸੁਪਰੀਮ ਕੋਰਟ ਨੇ ਇਸ ਗੱਲ ਨੂੰ ਖੁਦ ਹੀ ਬਦਲ ਦਿੱਤਾ। ਹੁਣ 31 ਜਨਵਰੀ ਨੂੰ ਕੀ ਸੁਪਰੀਮ ਕੋਰਟ ਆਪਣੇ ਉਸ ਫੈਸਲੇ ਨੂੰ ਲਾਗੂ ਕਰੇਗੀ ਔਰ ਪ੍ਰੋਫੈਸਰ ਭੁੱਲਰ ਨੂੰ ਰਾਹਤ ਦੇਵੇਗੀ, ਇਹ ਬਹੁਤ ਹੀ ਮਹੱਤਵਪੂਰਨ ਦਿਨ ਹੈ ਜਿਹੜਾ 2-3 ਦਿਨਾਂ ਤੱਕ ਇਹ ਸਾਰੀ ਗੱਲ ਸਾਹਮਣੇ ਆਏਗੀ। ਅਗਲੀ ਇੱਕ ਹੋਰ ਸੁਰਖੀ ਹੈ, ਕਦੇ ਸ਼ਾਇਦ ਭਾਰਤ ਦੇ ਇਤਿਹਾਸ ਵਿੱਚ ਨਹੀਂ ਹੋਇਆ, ਇੱਕ ਵਿਅਕਤੀ ਫਰਾਂਸ ਤੋਂ ਆ ਕੇ ਦਿੱਲੀ ਜੰਤਰ ਮੰਤਰ ਦੇ ਵਿੱਚ ਬੈਠ ਗਿਆ ਭੁੱਖ ਹੜਤਾਲ ਦੇ ਉੱਤੇ। ਕੋਈ ਉਸਦੇ ਨਾਲ ਆਰਗਨਾਈਜੇਸ਼ਨ ਨਹੀਂ, ਕੋਈ ਉਹਦੇ ਨਾਲ ਸੰਸਥਾਵਾਂ ਨਹੀਂ, ਕੋਈ ਆਗੂ ਨਹੀਂ, ਕੋਈ ਭੀੜ ਨਹੀਂ, ਔਰ ਉਹ ਇਸ ਕਰਕੇ ਬੈਠ ਗਿਆ ਕਿ ਸਿੱਖਾਂ ਨੂੰ ਇਨਸਾਫ ਮਿਲਣਾ ਚਾਹੀਦਾ। 5 ਦਸੰਬਰ ਤੋਂ ਬੈਠਾ, ਕਿਸੇ ਨੇ ਉਸਦੀ ਬਾਤ ਨਹੀਂ ਪੁੱਛੀ, ਕਿਸੇ ਵੀ ਸੰਸਥਾ ਨੇ ਕਿਸੇ ਵੀ ਆਗੂ ਨੇ ਉਸਦੀ ਗੱਲ ਨਹੀਂ ਕੀਤੀ। ਪਰ ਕਿਤਨੀ ਹੈਰਾਨੀ ਦੀ ਗੱਲ ਹੈ ਕਿ ਦਿੱਲੀ ਦਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 2 ਵਾਰ ਉਸਦੇ ਕੋਲ ਗਿਆ। ਉਸਨੇ ਕਿਹਾ, ਅਰਵਿੰਦ ਕੇਜਰੀਵਾਲ ਨੇ, ਮੈਨੂੰ ਪਤਾ ਲੱਗਾ ਕਿ ਇੱਕ ਬੰਦਾ ਜੰਤਰ ਮੰਤਰ ਦੇ ਉੱਤੇ ਭੁੱਖ ਹੜਤਾਲ 'ਤੇ ਬੈਠਾ। ਕਹਿਣ ਲੱਗਾ ਕਿ ਕਿਸੇ ਵਿਅਕਤੀ ਦਾ ਸਰਕਾਰ ਦਾ ਆਪਣੇ ਵੱਲ ਧਿਆਨ ਖਿੱਚਣ ਲਈ ਉਹਦਾ 1-2 ਲੱਖ ਬੰਦੇ ਇਕੱਠੇ ਕਰਨਾ ਜ਼ਰੂਰੀ ਹੈ। ਉਸਨੇ ਕੇਜਰੀਵਾਲ ਦਾ ਕਹਿਣਾ, ਉਹਨੇ ਉਸੇ ਵੇਲੇ ਸਾਰਾ ਆਪਣੇ ਬੰਦੇ ਭੇਜੇ ਔਰ ਉਹ ਜਾਣ ਸਾਰੀ ਜਾਣਕਾਰੀ ਹਾਸਿਲ ਕੀਤੀ ਕਿ ਉਸਦੇ
ਮੰਗਾਂ ਕੀ ਹਨ। ਔਰ ਕੇਜਰੀਵਾਲ ਦਾ ਕਹਿਣਾ ਹੈ ਕਿ ਉਸ ਦੀਆਂ ਮੰਗਾਂ ਕੁਛ ਮੰਗਾਂ ਜਾਇਜ਼ ਹਨ ਔਰ ਉਹ ਪੂਰੀਆਂ ਹੋਣੀਆਂ ਚਾਹੀਦੀਆਂ ਹਨ। ਉਸ 'ਤੇ ਅਮਲ ਕਰਦਿਆਂ ਕੇਜਰੀਵਾਲ ਨੇ ਆਪਣੇ 2 MLA ਉਹਦੇ ਕੋਲ ਭੇਜੇ ਔਰ ਰਾਸ਼ਟਰਪਤੀ ਨੂੰ ਇੱਕ ਚਿੱਠੀ ਵੀ ਜਾਰੀ ਕੀਤੀ ਕਿ ਪ੍ਰੋਫੈਸਰ ਭੁੱਲਰ ਦੀ ਸਜ਼ਾ ਨੂੰ ਮਾਫ਼ ਕਰ ਦਿੱਤਾ ਜਾਏ, ਉਸ ਨੂੰ ਫਾਂਸੀ ਦੀ ਸਜ਼ਾ ਨਾ ਦਿੱਤੀ ਜਾਏ। ਇਹ ਬੜੀ ਹੀ ਹੈਰਾਨੀ ਭਰਿਆ ਔਰ ਇੱਕ ਆਸ ਦੀ ਕਿਰਨ ਲੱਗਦੀ ਹੈ ਕਿ ਜਿੱਥੇ ਇੱਕ ਆਮ ਆਦਮੀ, ਇੱਕ ਸਧਾਰਨ ਵਿਅਕਤੀ ਦੀ ਗੱਲ ਵੀ ਸਰਕਾਰ ਦੇ ਕੰਨਾਂ ਤੱਕ ਪਹੁੰਚ ਸਕਦੀ ਹੈ, ਨਹੀਂ ਤਾਂ ਸਰਕਾਰ ਔਰ ਆਮ ਬੰਦੇ ਦੇ ਵਿਚਕਾਰ ਇੰਨੀਆਂ ਮੋਟੀਆਂ ਪੀੜ੍ਹੀਆਂ ਅਤੇ ਸਖ਼ਤ ਦੀਵਾਰਾਂ ਹਨ ਜਿਨ੍ਹਾਂ ਦੇ ਵਿੱਚੋਂ ਕੋਈ ਵੀ ਗੱਲ ਉੱਥੇ ਤੱਕ ਪਹੁੰਚਦੀ ਨਹੀਂ, ਔਰ ਜੇ ਪਹੁੰਚਦੀ ਹੈ ਤਾਂ ਸਹੀ ਗੱਲ ਨਹੀਂ ਪਹੁੰਚਦੀ। ਪਰ ਇੱਥੇ ਮੁੱਖ ਮੰਤਰੀ ਨੇ ਖੁਦ ਆਪ ਜਾ ਕੇ ਆਪ ਪਤਾ ਕਰਕੇ ਉਸ ਦੀ ਜਾਣਕਾਰੀ ਹਾਸਿਲ ਕੀਤੀ ਔਰ ਨਾ ਕੇਵਲ ਜਾਣਕਾਰੀ ਹਾਸਿਲ ਕਰਕੇ ਕਾਗਜ਼ੀ ਕਾਰਵਾਈ ਤੱਕ ਹੀ ਉਸਨੂੰ ਮਹਿਦੂਦ ਕੀਤਾ, ਬਲਕਿ ਉਸਨੇ ਉਸ ਦੇ ਉੱਤੇ ਕਾਰਵਾਈ ਵੀ ਕੀਤੀ। ਇਸੇ ਦੇ ਨਾਲ ਹੀ ਜੁੜਦੀ ਹੋਈ ਇੱਕ ਹੋਰ ਛੋਟੀ ਜਿਹੀ ਖਬਰ ਹੈ। ਅਰਵਿੰਦ ਕੇਜਰੀਵਾਲ ਦਿੱਲੀ ਦੇ ਮੁੱਖ ਮੰਤਰੀ ਨੇ ਪਿੱਛੇ ਧਰਨਾ ਦਿੱਤਾ ਕਿ ਕਿਸੇ ਵੀ ਘਟਨਾ ਲਈ, ਕਿਸੇ ਵੀ ਦੁਰਘਟਨਾ ਲਈ ਪੁਲਿਸ ਜਵਾਬਦੇਹ ਹੋਣੀ ਚਾਹੀਦੀ ਹੈ, ਕਿਉਂਕਿ ਇਸ ਤੋਂ ਪਹਿਲੇ ਜਦੋਂ ਵੀ ਕਿਹਾ ਜਾਂਦਾ ਸੀ, ਇਹ ਕਿਹਾ ਜਾਂਦਾ ਸੀ ਪੁਲਿਸ ਸਰਕਾਰ ਦੇ ਅਧੀਨ ਨਹੀਂ ਹੈ, ਉਹ ਯੂਨੀਅਨ ਦੇ ਅਧੀਨ ਹੈ ਜਾਂ ਜਿਸਨੂੰ ਕੇਂਦਰ ਕਹਿੰਦੇ ਹਨ, ਸੰਘ ਸਰਕਾਰ ਦੇ ਅਧੀਨ ਹੈ। ਮਗਰ ਕੇਜਰੀਵਾਲ ਦਾ ਕਹਿਣਾ ਸੀ ਕਿ ਕੇਵਲ ਕਾਗਜ਼ੀ ਗੱਲਾਂ ਤੱਕ ਨਹੀਂ, ਕੇਵਲ ਬਿਆਨਬਾਜ਼ੀ ਤੱਕ ਨਹੀਂ, ਇਹ ਜ਼ਿੰਮੇਵਾਰੀ ਜ਼ਰੂਰ ਨਿਰਧਾਰਿਤ ਹੋਣੀ ਚਾਹੀਦੀ ਹੈ। ਜਿਹੜਾ ਬੀਟ ਆਫਿਸਰ ਹੈ, ਜਿਹੜਾ ਥਾਣੇਦਾਰ ਹੈ, ਉਸਦੀ ਜ਼ਰੂਰ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ। ਹੁਣ 2 ਦਿਨ ਪਹਿਲੇ ਦਿੱਲੀ ਦੇ ਵਿੱਚ ਇੱਕ ਚਲਦੀ ਹੋਈ ਕਾਰ ਵਿੱਚ ਕਿਸੇ ਲੜਕੀ ਦੇ ਨਾਲ ਬਲਾਤਕਾਰ ਕੀਤਾ ਗਿਆ ਔਰ ਉਸ ਦੇ ਮਾਮਲੇ ਨੂੰ ਲੈ ਕੇ, ਔਰ 1 ਜੁਲਾਈ ਦੇ ਵਿੱਚ ਪਿੱਛੇ ਸਾਈਕਲ ਦੇ ਉੱਤੇ ਸਾਈਕਲ ਦੇ ਪਿੱਛੇ ਬੈਠ ਕੇ ਕੁਛ ਲੜਕੇ ਜਾ ਰਹੇ ਸੀ, ਕੁਛ ਲੜਕੇ ਸਾਈਕਲਾਂ 'ਤੇ ਸਨ, ਇੱਕ ਲੜਕਾ ਪਿੱਛੇ ਬੈਠਾ ਸੀ ਔਰ ਉਸ ਨੂੰ ਪੁਲਿਸ ਨੇ, ਦਿੱਲੀ ਪੁਲਿਸ ਨੇ ਗੋਲੀ ਮਾਰ ਕੇ ਮਾਰ ਦਿੱਤਾ। ਪੁਲਿਸ ਦਾ ਕਹਿਣਾ ਸੀ ਕਿ ਇਹਨਾਂ ਲੜਕਿਆਂ ਨੇ ਪੁਲਿਸ ਦੇ ਉੱਤੇ ਪਥਰਾਅ ਕੀਤਾ ਸੀ। ਬਾਅਦ ਵਿੱਚ ਪੁਲਿਸ ਦੀ ਇਨਕੁਆਇਰੀ ਹੋਈ, ਕਮਿਸ਼ਨਰ ਜਿਹੜੇ ਦਿੱਲੀ ਦੇ ਕਮਿਸ਼ਨਰ ਸਨ ਉਹਨਾਂ ਨੇ, BS ਬਾਸੀ ਪੁਲਿਸ ਕਮਿਸ਼ਨਰ ਨੇ ਇਹ ਕਿਹਾ ਕਿ ਉਹ ਗਲਤ ਸੀ, ਉਸ ਨੂੰ ਮਾਰਨਾ ਸਹੀ ਨਹੀਂ ਸੀ। ਲੜਕੇ ਦੀ ਮਾਂ ਮੰਜੂ ਪਾਂਡੇ ਉਹ ਪੁਲਿਸ ਮੰਗ ਕਰ ਰਹੀ ਹੈ, ਪਰ ਉਸਦੀ ਮੰਗ ਤਾਂ ਇੱਕ ਪਾਸੇ ਹੈ। ਅਰਵਿੰਦ ਕੇਜਰੀਵਾਲ ਨੇ ਇਹਨਾਂ ਦੋਨੋਂ ਹਵਾਲਿਆਂ ਨੂੰ ਲੈ ਕੇ, ਇਹਨਾਂ ਦੋਨੋਂ ਘਟਨਾਵਾਂ ਨੂੰ ਲੈ ਕੇ ਫਿਰ ਕੇਂਦਰ ਸਰਕਾਰ ਦੇ ਉੱਤੇ ਦਬਾਅ ਪਾਇਆ ਹੈ ਕਿ ਇਹਨਾਂ ਦੋਨਾਂ ਮੁਕੱਦਮਿਆਂ ਦੀ ਜ਼ਿੰਮੇਵਾਰੀ ਜ਼ਰੂਰ ਮੁਕਰਰ ਕੀਤੀ ਜਾਏ ਕਿ ਕਿਉਂ ਉਸ ਲੜਕੇ ਦਾ, ਉਸ ਨਿਰਦੋਸ਼ ਲੜਕੇ ਦਾ ਜਿਹੜਾ ਸਾਈਕਲ ਦੇ ਪਿੱਛੇ ਬੈਠਾ ਹੈ, ਸਿਰਫ ਇਸ ਕਰਕੇ ਕਿ ਉਸਨੇ ਪੁਲਿਸ ਦੇ ਉੱਤੇ ਪਥਰਾਅ ਕੀਤਾ, ਕਿ ਪੁਲਿਸ ਦੇ ਉੱਤੇ ਅਗਰ ਮੰਨ ਵੀ ਲਿਆ ਜਾਏ, ਕੋਈ ਪੁਲਿਸ ਦੇ ਕਹਿਣ ਮੁਤਾਬਕ ਅਗਰ ਪਥਰਾਅ ਵੀ ਕੀਤਾ ਤਾਂ ਉਸ ਦੇ ਵਿੱਚ ਉਸ ਬੰਦੇ ਨੂੰ ਜਾਂ ਉਸ ਵਿਅਕਤੀ ਨੂੰ ਗੋਲੀ ਮਾਰ ਦਿੱਤੀ ਜਾਏਗੀ ਜਿਹੜਾ ਕਿ ਸਾਈਕਲ ਦੇ ਪਿੱਛੇ ਬੈਠਾ ਹੈ। ਸੋ ਇਹ ਬਹੁਤ ਹੀ ਵੱਡੀ ਘਟਨਾ ਹੈ ਔਰ ਦੂਸਰੀ ਜਿਹੜੀ ਹੁਣੇ ਦਿੱਲੀ ਦੇ ਵਿੱਚ ਵਾਪਰੀ ਹੈ। ਦਰਅਸਲ ਦਿੱਲੀ ਦੇ ਵਿੱਚ ਕੱਲ੍ਹ ਸਵੇਰੇ ਵੀ ਮੂਲਚੰਦ ਹਸਪਿਟਲ ਦੇ ਕੋਲ ਇੱਕ ਕਾਰ ਦੇ ਵਿੱਚੋਂ ਕਾਰ ਰੋਕ ਕੇ ਲੋਕਾਂ ਨੇ, ਕੁਛ ਬੰਦਿਆਂ ਨੇ 7 ਕਰੋੜ ਰੁਪਇਆ ਲੁੱਟ ਲਿਆ ਔਰ ਕਾਰ ਵੀ ਲੈ ਕੇ ਚਲੇ ਗਏ। ਸੋ ਇਹ ਜਿਹੜੀਆਂ ਘਟਨਾਵਾਂ ਹੁੰਦੀਆਂ, ਘਟਨਾਵਾਂ ਕ੍ਰਾਈਮ ਸਾਰਾ ਕੁਛ ਸਭ ਥਾਂ ਹੋਏਗਾ, ਪਰ ਕੇਜਰੀਵਾਲ ਦਾ ਜਾਂ ਉਹਨਾਂ ਦਾ ਕਹਿਣਾ ਕਿ ਇਸ ਦੀ ਜ਼ਿੰਮੇਵਾਰੀ ਜ਼ਰੂਰ ਮੁਕਰਰ ਕੀਤੀ ਜਾਏ ਕਿ ਇਹਨਾਂ ਲਈ ਕੌਣ ਜ਼ਿੰਮੇਵਾਰ ਹੈ। ਸੋ ਇਹ ਕੁਛ ਕੁ ਜਿਹੜੀਆਂ ਸੁਰਖੀਆਂ ਹਨ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ। ਅਸੀਂ ਅਗਲੇ ਸੈਗਮੈਂਟ ਦੇ ਵਿੱਚ ਕੋਸ਼ਿਸ਼ ਕਰਾਂਗੇ, ਆਪਣੇ ਮਹਿਮਾਨ ਅਗਰ ਸਾਡੇ ਨਾਲ ਮਿਲ ਸਕਣਗੇ, ਉਹਨਾਂ ਨਾਲ ਅਗਰ ਸਾਡਾ ਰਾਬਤਾ ਕਾਇਮ ਹੋਇਆ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਔਰ ਤੁਸੀਂ ਇਹਨਾਂ ਬਾਰੇ ਜਾਂ ਉਹ ਜਿਹੜਾ ਮਸਲਾ ਬਹੁਤ ਵੱਡਾ ਹੈ ਕਿ 1984 ਦੇ
ਕੀ ਕਦੇ ਇਨਸਾਫ ਮਿਲੇਗਾ, ਕੀ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਜਾਣਗੀਆਂ, ਜਾਂ ਕੇਵਲ ਇਸ ਨੂੰ ਇੱਕ ਕਾਗਜ਼ੀ ਕਾਰਵਾਈ ਔਰ ਉਹਦੇ ਵਿੱਚ ਹੀ ਉਲਝਾ ਕੇ ਫਿਰ ਰੱਖ ਦਿੱਤਾ ਜਾਏਗਾ। ਇਨਸਾਫ ਨਾ ਮਿਲਣਾ ਬੜੀ ਵੱਡੀ ਬੇਇਨਸਾਫੀ ਹੁੰਦੀ ਹੈ। ਸਮਾਂ ਹੈ ਇੱਕ ਵਕਫੇ ਦਾ, ਉਹਦੇ ਬਾਅਦ ਮੁੜ ਹਾਜ਼ਰ ਹੁੰਦੇ ਹਾਂ। Breed Furniture of Punjab Nawa Shahar proudly announces their brand new showroom. Come and see variety of furniture for living room, dining room, bedroom, kids room, office furniture and more. Buy ready-made or custom-made, Breed Furniture can do it all. Te apni pasanda furniture kharido. Valinder Singh ji nu aaj hi call karo 718-849-4530 or 917-774-8566. Breed Furniture. Are you in deportation? Do you have a complex immigration matter? Has your immigration case been denied? For all your complex immigration matters, including family-based immigration, employment-based immigration, deportation, citizenships, battered spouses, call Gahey & Associates at 718-263-5999 for a free initial consultation. Over the years, we've helped many people in getting the green cards. Would you like to have your green card? Call Gahey & Associates now. Raja. We are tax planners, not just tax preparers. Tax Raja kol tajurbekar CPAs, tax planners ate tax preparers han. Assi individual te business tax returns, income tax filing, bookkeeping, payroll, financial statement, free e-file, free tax advice, free review te IRS representation karde han. Jaldi tax file karo ate jaldi refund pao. Taxi, limousine, construction, veera lai. Ate naal hi naal self-employed lai special price. We have multiple locations. Aaj hi call karo 718-880-1992. Mystic Brokerage. Tuhadiya car insurance sambandhi zarurtaan da ikko ik solution. Jo karda hai tuhadi budget, black cards, green cards, te library vich. ਆਪਣੀ ਇੰਸ਼ੋਰੈਂਸ ਨੂੰ ਰੀਨਿਊ ਕਰਵਾਉਣ ਤੋਂ ਪਹਿਲਾਂ ਇੱਕ ਵਾਰ ਜ਼ਰੂਰ ਮਿਲੋ ਟੈਕਸੀ ਤੇ ਲੀਮੋਜ਼ੀਨ ਦੇ ਸਪੈਸ਼ਲਿਸਟ। ਮੈਡੀਲੀਅਨਸ ਲਈ ਫਾਈਨੈਂਸ ਫੈਸਿਲਿਟੀ ਵੀ ਅਵੇਲੇਬਲ ਹੈ। ਅਸੀਂ ਕਰਾਂਗੇ ਸੇਵ ਤੁਹਾਡੀ ਮਨੀ। ਕਿਸੇ ਵੀ ਜਾਣਕਾਰੀ ਲਈ ਕਾਲ ਕਰੋ 718-349-7610 ਤੇ। ਕੰਟੈਕਟ ਕਰੋ ਫਰਵਰੀ 2014 ਦੀ ਇੰਡੀਵਿਜੁਅਲ ਮੈਡੀਲੀਅਨ ਆਕਸ਼ਨ ਲਈ। अरे हुजूर, सुबह सुबह इतना खूबसूरत तोहफा। खास है रसमलाई। वाह, देसी काजू के दानों से बनी दूध मलाई और मिठास हल्की सी। काजू कतली बम्बई से लाई? नहीं अंकल जी, शामियाना मिठाई, मेड इन अमेरिका। शामियाना मिठाई, मेड प्योर, मेड फ्रेश, मेड हियर। जो भी पके ऐसा पके, जहाँ भी जो हो खींचा चला आए। MBH मसाले, किचन किंग हो या गरम मसाला, पाव भाजी या चटनी चाट मसाला, असली मसाले सच सच MBH MBH। नो शुगर नो शुगर प्रेशर। शुक्रिया लक्ष्मी, लोअर जीआई वैल्यू बासमती राइस फॉर पीपल विद डायबिटीज आया है। अब दादाजी को थोड़ी तो वैरायटी मिलनी चाहिए ना खाने में। दादाजी, दाल चावल जैसी तो दुनिया में कोई चीज ही नहीं, पर थोड़ी खीर भी मिल जाती तो। लक्ष्मी, लोअर जीआई वैल्यू बासमती राइस है खास डायबिटिक्स के लिए। अब कम से कम लाइफ में खाने की खुशी मिलनी चाहिए ना। लक्ष्मी, लोअर जीआई वैल्यू बासमती राइस, खास तौर पर डायबिटिक्स के लिए। अरे, तुमने मेरे हाथ के पकौड़े नहीं खाए। तुम अपने आशिकों को छोड़ हमें मौका दोगी तब ना। लक्ष्मी लक्ष्मी, खांड भी तो मैं बनाती थी, स्पेशली गांव से देसी बेसन मंगवा कर। क्यों, यहाँ का बेसन नहीं चलता? यहाँ के बेसन में वो बात कहाँ। पर ये तो लक्ष्मी है, इनको लक्ष्मी के बारे में बताने की जरूरत नहीं। लक्ष्मी बेसन कहाँ मिलता है? आंटी जी, किसी भी इंडियन स्टोर में लक्ष्मी बेसन। मेड प्योर, मेड फ्रेश, मेड हियर। Schneider Law Group, तजर्बेकार वकीला दी टीम,
जिनानु महारत हासिल है इमिग्रेशन इंक्लूडिंग असाइलम डिपोर्टेशन डिफेंस फैमिली एम्प्लॉयमेंट एंड इन्वेस्टमेंट बेस्ड इमिग्रेशन एथे हर तरह दे क्रिमिनल केसेस जिमे वायलेशन टैक्सी लिमोजिन कमीशन दे मामले रेजिडेंशियल अते कमर्शियल क्लोजिंग डाइवोर्स केसेस विल अते ट्रस्ट रिलेटेड केसेस भी सॉल्व कीते जांदे ने क्लाइंट्स दी सुविधा लई साडियां ब्रांचेस हर मेजर ट्रेन लाइन से नजदीक हन ए जे जेड ई 4523 असी वीकेंड अते लेट आर अपॉइंटमेंट भी लैंदे हां असी बोलांगे तुहाडी बोली कांटेक्ट करन ते तुहानू मिलेगा तुरंत तसल्ली बख्श रिस्पांस कांटेक्ट करन ली साडे नंबर्स ने 888247227 अते 9177280049 अपना बाजार कैश एंड कैरी द बिगेस्ट एंड द ओल्डेस्ट ग्रॉसरी स्टोर इन द टाउन फॉर ऑल योर डेली ग्रॉसरीज फ्रेश प्रोड्यूस फ्रूट्स एंड वेजिटेबल्स मोर देन 12,000 ग्रॉसरी आइटम्स एंड प्रोड्यूस्ड एट कॉम्पिटिटिव प्राइसेस अपना बाजार कैश एंड कैरी एम्पल फ्री पार्किंग अपना बाजार एडिसन न्यू जर्सी गेट पंजाबी दे दानश्वर दर्शकों ते सुचेत स्रोता जनां दा वक्फे दे बाद निघा स्वागत है साडे नाल मानयोग सरदार त्रिलोचन सिंह सबका मैंबर ऑफ पार्लीमेंट अते सबका चेयरमैन नेशनल मिनोरिटीज़ कमीशन भारत सरकार दे साडे नाल लाइन दे उत्ते जुड़े हन और एक गल जरूर अपने दर्शकों नूं दस भी देईए और सब नूं पता भी है कि शायद जितने क सिख मसले जिन्हां नूं किसी भी ना तो MLA ने MP ने या सरकारां ने भी नहीं चुकिया ਉਹ ਇਹਨਾਂ ਨੇ ਗਾਹੇ ਬਗਾਹੇ ਔਰ ਹਰ ਥੋੜ੍ਹੇ ਥੋੜ੍ਹੇ ਦੇਰ ਬਾਅਦ ਜ਼ਰੂਰ ਚੁੱਕਦੇ ਰਹਿੰਦੇ ਸੀ ਔਰ ਇੱਕ ਗੱਲ ਹੋਰ ਕਹਿਣੀ ਪਵੇਗੀ ਕਿ ਇਹਨਾਂ ਦੇ ਅਹੁਦਾ ਛੱਡਣ ਤੋਂ ਬਾਅਦ ਉਹ ਜਿੱਥੇ ਕੰਮ ਸੀ ਉੱਥੇ ਹੀ ਰੁਕ ਗਿਆ ਸੋ ਕੀ ਕਿਸੇ ਹੋਰ ਤ੍ਰਿਲੋਚਨ ਸਿੰਘ ਦੀ ਸਾਨੂੰ ਲੋੜ ਪਵੇਗੀ ਇਹ ਬਹੁਤ ਵੱਡਾ ਇੱਕ ਇਸ਼ੂ ਹੈ ਪਰ ਅੱਜ ਅਸੀਂ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਦਿੱਲੀ ਦੇ ਵਿੱਚ ਰਹਿੰਦਿਆਂ ਦਿੱਲੀ ਰਾਜਧਾਨੀ ਦੇ ਵਿੱਚ ਜੋ ਸਿੱਖਾਂ ਦੇ ਨਾਲ ਹੋਇਆ ਕਤਲੇਆਮ ਹੋਇਆ ਉਸ ਦਾ ਹਾਲੇ ਤੱਕ ਇਨਸਾਫ ਨਾ ਮਿਲਣਾ ਕਿ ਦੇਸ਼ ਦੇ ਉੱਤੇ ਇਸ ਤੋਂ ਵੱਡਾ ਕਲੰਕ ਹੋ ਸਕਦਾ ਸਾਨੂੰ ਖੁਸ਼ੀ ਹੈ ਸਾਡੇ ਨਾਲ ਸਤਿ ਤ੍ਰਿਲੋਚਨ ਸਿੰਘ ਲਾਈਨ ਦੇ ਉੱਤੇ ਜੁੜੇ ਹਨ ਸਤਿ ਤ੍ਰਿਲੋਚਨ ਸਿੰਘ ਜੀ ਜੀ ਆਇਆਂ ਨੂੰ ਤੇ ਸਤਿ ਸ਼੍ਰੀ ਅਕਾਲ ਜੀ ਤੁਸੀਂ ਬੜੀ ਮਿਹਨਤ ਕਰਦੇ ਹੋ ਜੀ 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 ਲੋਕਾਂ ਨੂੰ ਜਾਣਕਾਰੀ ਦਿੰਦੇ ਹੋ ਵਿਚ ਵੀ ਨੀਡ ਮੋਰ ਕਮਿਊਨੀਕੇਸ਼ਨ ਜੀ ਮੋਰ ਇਨਫੋਰਮੇਸ਼ਨ ਟੂ ਦਾ ਸਿੱਖਸ ਲਿਵਿੰਗ ਆਊਟਸਾਈਡ ਇੰਡੀਆ ਜੀ 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 ਸਤਿ ਤ੍ਰਿਲੋਚਨ ਸਿੰਘ ਜੀ ਜਿਹੜਾ ਦਿੱਲੀ ਦੇ ਵਿੱਚ 1984 'ਚ ਕਾਂਡ ਹੋਇਆ ਅੰਮ੍ਰਿਤਸਰ ਵਿੱਚ ਵੀ 1984 'ਚ ਹੋਇਆ ਅਤੇ ਇਸ ਸਾਲ 2014 'ਚ ਉਹਦੀ 30ਵੀਂ ਵਰੇਗੰਢ ਹੈ 30 ਸਾਲ ਗੁਜ਼ਰ ਗਏ ਹਾਲੇ ਤੱਕ ਇਨਸਾਫ ਦੀ ਕਿਰਨ ਕਿਧਰੇ ਨਜ਼ਰ ਨਹੀਂ ਆ ਰਹੀ ਕੀ ਤੁਹਾਨੂੰ ਪਹਿਲਾ ਸਵਾਲ ਤਾਂ ਇਹ ਹੈ ਕਿ ਲੱਗਦਾ ਕਿ ਕਦੇ ਘੱਟੋ ਘੱਟ ਆਉਣ ਵਾਲੇ 100 ਸਾਲਾਂ ਵਿੱਚ ਇਸ ਦਾ ਇਨਸਾਫ ਮਿਲੇਗਾ ਦੇਖੋ ਲਾਂਬਾ ਜੀ ਗੱਲ ਇੱਕ ਆਪਾਂ ਅੰਡਰਸਟੈਂਡ ਕਰੀਏ ਇਨਸਾਫ ਦੋ ਤਰ੍ਹਾਂ ਦਾ ਇੱਕ ਤਾਂ ਹੈ ਜੁਡੀਸ਼ੀਅਲ ਜੀ ਇੱਕ ਹੈ ਗੌਰਮੈਂਟ ਦਾ ਇਕਨੋਮਿਕ ਔਰ ਜਿਹੜਾ ਰਿਲੀਜੀਅਸ ਐਂਡ ਸੋਸ਼ਲ ਬੈਨੀਫਿਟ ਟੂ ਦਾ ਵਿਕਟਮ ਜੀ 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 ਜਿਹੜਾ ਜਿਹੜਾ ਤਾਂ ਹੈਗਾ ਜੁਡੀਸ਼ੀਅਲ ਜੀ ਉਹ ਪ੍ਰੋਸੈਸ ਉਸ ਵਕਤ ਦੀ ਪੁਲਿਸ ਨੇ ਟੋਟਲ ਡਿਸਟਰਾਏ ਕਰ ਦਿੱਤਾ ਹਾਂਜੀ 26 ਸਾਲ ਬਾਅਦ ਹੁਣ ਕੋਈ ਰਿਕਾਰਡ ਨਹੀਂ ਕਿਸੇ ਕੋਲ ਜੀ ਜਿਹੜਾ ਅਸੀਂ ਨਵਾਂ ਲੱਭ ਕੇ ਅੱਗੇ ਪੇਸ਼ ਕਰ ਜੀ ਜੀ ਪਹਿਲੀ ਗੱਲ ਆਪਾਂ ਸਮਝੀਏ ਕਿ ਜਿਹੜੀ ਪੁਲਿਸ ਨੇ ਜਦੋਂ 84 ਹੋਏ ਪੁਲਿਸ ਇਨਵਾਲਵ ਸੀ ਰਾਈਟਸ ਵਿੱਚ ਜੀ ਜੀ ਐਂਟੀ ਸਿੱਖ ਜੋ ਕੀਤਾ ਪੁਲਿਸ ਨੇ ਉਹਦੇ 'ਚ ਪੁਲਿਸ ਨਾਲ ਸੀ ਜੀ ਉਹਨਾਂ ਨੇ ਕੋਈ FIR ਨਹੀਂ ਲਿਖੀਆਂ ਕੋਈ ਐਵੀਡੈਂਸ ਤਿਆਰ ਨਹੀਂ ਕੀਤਾ ਇਸ ਕਰਕੇ ਜਿਹੜਾ ਮਾਸ ਕਿਲਿੰਗ ਹੋਈ ਹੈ ਸਾਡੀ ਹਾਂਜੀ ਉਹਦਾ ਕਦੇ ਵੀ ਅੱਜ ਤੱਕ ਮੈਨੂੰ ਉਮੀਦ ਨਹੀਂ ਕਦੇ ਕੋਈ ਉਹਦਾ ਐਕਸ਼ਨ ਹੋ ਸਕੇ ਜੀ ਜੀ ਕਿੰਨੇ ਹੀ ਕਮਿਸ਼ਨ ਨਵੇਂ ਬਹਿ ਜਾਣ ਨਾਨਾਵਤੀ ਕਮਿਸ਼ਨ ਵੀ ਬਿਠਾਇਆ ਵਾਜਪਾਈ ਜੀ ਨੇ ਉਹਦੇ 'ਚ ਰਿਪੋਰਟਾਂ ਆਈਆਂ ਉਹਨਾਂ 'ਚ ਕਹਿ ਦਿੱਤਾ ਜੀ ਟੈਕਚਰ ਨੂੰ ਦੁਬਾਰਾ ਕੇਸ ਚਲਾਓ ਹਾਂਜੀ ਉਹ ਹੁਣ ਤੱਕ ਦੇਖ ਲਓ
ਕਰਦਾ 8 ਸਾਲ ਹੋ ਗਏ ਉਹ ਕੇਸ ਚੱਲਣ ਚ ਨਹੀਂ ਆ ਰਿਹਾ ਹਰ ਵਾਰੀ ਉਹ ਕਚਹਿਰੀ ਚਲੇ ਜਾਂਦਾ ਕਚਹਿਰੀ ਇੱਕ ਚ ਗਿਆ ਦੂਜੀ ਚ ਗਿਆ ਸੁਪਰੀਮ ਕੋਰਟ ਗਿਆ ਜੀ 4 ਸਾਲ ਲੰਘਾ ਲਏ ਉਹਨੇ ਜੀ ਉਹ ਪ੍ਰੋਸੈਸ ਬੜਾ ਲੰਬਾ ਉਹਦਾ ਐਵੀਡੈਂਸ ਹੈ ਨਹੀਂ ਜੀ ਜੀ ਤੁਸੀਂ ਸੁਣ ਕੇ ਹੈਰਾਨ ਹੋਵੋਗੇ ਜੋ ਤੁਸੀਂ ਪਹਿਲੀ ਗੱਲ ਕਹੀ ਮੇਰੇ ਬਾਰੇ ਜੀ ਕਿ ਸੱਜਣ ਕੁਮਾਰ ਸਭ ਤੋਂ ਵੱਡਾ ਦੋਸ਼ੀ ਅਸੀਂ ਮੰਨਦੇ ਹਾਂ 26 ਸਾਲ ਉਹਦੇ ਖਿਲਾਫ ਕੇਸ ਦਰਜ ਨਹੀਂ ਹੋਇਆ ਹਾਂਜੀ ਟਿਲ ਕਿ ਮੈਂ ਪਾਰਲੀਮੈਂਟ 'ਚ ਮੂਵ ਕੀਤਾ ਰਾਜ ਸਭਾ 2010 ਵਿੱਚ ਫਰਵਰੀ ਜੀ ਸਾਰਾ ਦਿਨ ਬਹਿਸ ਹੋਈ ਚਿਦੰਬਰਮ ਸਾਹਿਬ ਹੋਮ ਮਿਨਿਸਟਰ ਸੀ ਦੈਨ ਹੀ ਐਗਰੀਡ ਔਨ ਮਾਈ ਸਟੇਸ਼ਨ ਕਿ ਲੈਟ ਕਿ ਮੈਂ ਉਹਦੇ ਕੇਸ ਦਾ ਅੱਜ ਅਲਾਓ ਕਰਨਾ ਲੈਟ ਦੈਟ ਕੇਸ ਬੀ ਫਾਈਲ ਉਹ ਕੇਸ ਵੀ ਜਿਹੜਾ ਸੱਜਣ ਕੁਮਾਰ ਦਾ ਮੇਰੀ ਐਫਰਟ ਨਾਲ ਜੀ ਕੇਸ ਰਜਿਸਟਰ ਹੋਇਆ ਹੋਮ ਮਿਨਿਸਟਰ ਨੇ ਪਰਮਿਸ਼ਨ ਦਿੱਤੀ ਜੋ ਕੇਸ ਅੱਜ ਚੱਲ ਰਿਹਾ ਜੀ 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 ਨੰਬਰ 1 ਜੀ ਜਿਹੜਾ ਅੱਗੇ ਸੈਕੰਡ ਪਾਰਟ ਉਹ ਹੈ ਜਿਹੜਾ ਮੈਂ ਉੱਥੇ ਇੱਕ ਪਾਰਲੀਮੈਂਟ 'ਚ ਮੂਵ ਕੀਤਾ ਸੀ ਹਾਂਜੀ ਨਾਓ ਯੂ ਆਰ ਏ ਵੈਰੀ ਇੰਟੈਲੀਜੈਂਟ ਜਰਨਲਿਸਟ ਕਿ ਅਫਰੀਕਾ 'ਚ ਜਿਹੜਾ ਸਾਊਥ ਅਫਰੀਕਾ ਜੋ ਹੋਇਆ ਸੀ ਅਫਰੀਕਨਾਂ ਨਾਲ ਅੰਗਰੇਜ਼ਾਂ ਨੇ ਕੀਤਾ ਉਹ ਵੀ ਸਾਡੇ ਨਾਲੋਂ ਬਹੁਤ ਜ਼ਿਆਦਾ ਹੋਇਆ ਸੀ ਹਜ਼ਾਰਾਂ ਅਫਰੀਕਨ ਮਾਰੇ ਗਏ ਤੁਹਾਨੂੰ ਪਤਾ ਹਾਂਜੀ ਜਦੋਂ ਅਫਰੀਕਨ ਗੌਰਮੈਂਟ ਨਹੀਂ ਆਈ ਮੈਸਲ ਨਾਇਜੇਰੀਆ ਦੀ ਉਹਨਾਂ ਨੇ ਕਮਿਸ਼ਨ ਬਿਠਾਇਆ ਜੀ ਉਹਦਾ ਨਾਂ ਰੱਖਿਆ ਗਿਲਟ ਐਂਡ ਪਾਰਡਨ ਜਿਹੜਾ ਬੰਦਾ ਆਪਣੇ ਆਪ ਨੂੰ ਗਿਲਟੀ ਡਿਕਲੇਅਰ ਕਰੇ ਆਪਣਾ ਤੇ ਫਿਰ ਅਸੀਂ ਪਾਰਡਨ ਦੇ ਦਾਂਗੇ ਮੈਂ ਇਹ ਪਾਰਲੀਮੈਂਟ 'ਚ ਗਿਆ ਸੀ ਮੈਨੂੰ ਵੀ ਪਤਾ ਵੀ ਅਸੀਂ ਹੁਣ ਕੇਸ ਜਿਹੜੇ ਨਹੀਂ ਪੂਰੇ ਹੁੰਦੇ ਮੈਂ ਕਹਿੰਦਾ ਇੰਡੀਆ ਗੌਰਮੈਂਟ ਇੱਕ ਅਨਾਊਂਸ ਕਰੇ ਕਿ ਜਿਹੜੇ ਉਸ ਵਕਤ ਦੇ ਅਫਸਰ ਜਿਉਂਦੇ ਜਾਂ ਜਿਹੜੇ ਪੋਲੀਟੀਸ਼ੀਅਨ ਹੈ ਉਹ ਆਪਣੀ ਗਿਲਟ ਕਬੂਲ ਕਰਨ ਕਿ ਸਾਡਾ ਅਸੀਂ ਦੋਸ਼ੀ ਹਾਂ ਤੇ ਸਾਨੂੰ ਮਾਫ਼ ਕਰੋ ਸਿੱਖ ਕੌਮ 'ਚ ਬੜਾ ਜਿਗਰਾ ਕਿ ਸਿੱਖ ਕੌਮ ਮਾਫ਼ੀ ਦੇ ਸਕਦੀ ਜੀ ਜੀ ਇੱਕ ਤਾਂ ਇਹ ਮੇਰਾ ਇਸ਼ੂ ਹੈ ਕਿ ਜੇ ਇਹ ਕਰੀਏ ਤਾਂ ਇਹਦੇ 'ਚ ਬਹੁਤ ਲੋਕ ਜਿਹੜੇ ਵੱਡੇ ਵੱਡੇ ਹੈ ਉਸ ਵਕਤ ਦੇ ਉਹਨਾਂ ਦੇ ਅਸੀਂ ਕਰ ਸਕਦੇ ਹਾਂ ਜੀ ਮੈਂ ਥੋੜ੍ਹਾ ਜਿਹਾ ਤੁਹਾਡੇ ਵਿੱਚ ਇੰਟਰਵੈਂਸ਼ਨ ਕਰਾਂਗਾ ਤੁਸੀਂ ਸ਼ੁਰੂ ਦੇ ਵਿੱਚ ਦੋ ਗੱਲਾਂ ਕਹੀਆਂ ਇੱਕ ਤਾਂ ਹੈ ਕਿ ਕਾਨੂੰਨੀ ਪ੍ਰਕਿਰਿਆ ਦੇ ਵਿੱਚ ਉਹਨਾਂ ਨੂੰ ਸਜ਼ਾਵਾਂ ਦੇਣੀਆਂ ਤੁਹਾਡਾ ਕਹਿਣਾ ਕਿ ਉਹ ਨਹੀਂ ਹੋ ਸਕਦਾ ਤੁਹਾਡੇ ਮੁਤਾਬਕ ਪਰ ਸਵਾਲ ਹੈ ਕਿ ਯਹੂਦੀਆਂ ਦਾ ਕੇਸ ਵੀ ਸਾਡੇ ਸਾਹਮਣੇ ਹੈ ਹਾਲੇ ਵੀ ਸਰਕਾਰੀ ਰਿਕਾਰਡਸ ਜਿਵੇਂ UK ਦੇ ਵਿੱਚ ਵੀ ਉਹਨਾਂ ਨੇ ਆਰਕਾਈਵ 'ਚੋਂ ਕੱਢਿਆ ਉਸ ਵੇਲੇ ਦੇ ਕਮਿਊਨੀਕੇਸ਼ਨ ਆਰਡਰਸ ਜਿਵੇਂ ਸਰਕਾਰ ਨੂੰ ਕਿਉਂ ਨਹੀਂ ਹੋਮ ਮਿਨਿਸਟਰ ਨੇ ਆਰਮੀ ਸੱਦਣ ਦਿੱਤੀ ਕਹਿਣ ਦੇ ਬਾਵਜੂਦ 5,000 ਫੌਜੀ ਉੱਥੇ ਮੌਜੂਦ ਸੀ ਅਗਰ ਉਹ 200 ਵੀ ਭੇਜ ਦਿੰਦੇ ਕੰਟਰੋਲ ਕਰ ਸਕਦੇ ਸੀ ਘੱਟੋ ਘੱਟ ਗੌਰਮੈਂਟ ਦਾ ਰੋਲ ਜਿਹੜਾ ਉਹ ਜ਼ਰੂਰ ਉਜਾਗਰ ਹੋ ਸਕਦਾ ਨੰਬਰ 1 ਨੰਬਰ 2 ਜੀ ਨੰਬਰ 2 ਮੈਂ ਇਸ ਤੋਂ ਜੀ ਮੈਂ ਇੱਕ ਹੋਰ ਬੇਨਤੀ ਕਰ ਰਿਹਾ ਜਿਹੜੀ ਤੁਸੀਂ ਦੂਸਰੀ ਗੱਲ ਕਹਿ ਰਹੇ ਹੋ ਕਿ ਉਹਨਾਂ ਨੂੰ ਇਕਨੋਮਿਕ ਜਿਹੜੀ ਹੈ ਕੰਪਨਸੇਸ਼ਨ ਦੇ ਦਿੱਤੀ ਜਾਏ ਕੀ ਇੱਕ ਬਹੁਤ ਵੱਡੀ ਨਹੀਂ ਇੱਕ ਸਾਈਕੋਲੋਜੀਕਲੀ ਇਹਦਾ ਮਤਲਬ ਕਿਸੇ ਮਕਤੂਲ ਨੂੰ ਉਹਦੇ ਕਫਨ ਲਈ ਪੈਸੇ ਦੇ ਦਿੱਤੇ ਜਾਣ ਔਰ ਉਸ ਨੂੰ ਕਿਹਾ ਜਾਏ ਤੂੰ ਇਹਦਾ ਸ਼ੁਕਰੀਆ ਅਦਾ ਕਰ ਨਹੀਂ ਨਹੀਂ ਤੁਸੀਂ ਗੱਲ ਦਿੱਤੀ ਇਹ ਹੀ ਸਾਡੀ ਨਿਸ਼ਚਿਤ ਕੌਮ ਦੀ ਭਾਵਨਾ ਗਲਤ ਹੈ ਜੀ ਜਿਹੜੀਆਂ ਵਿਚਾਰੀਆਂ ਵਿਡੋਜ਼ ਹੁਣ ਵੀ ਜੀ ਤੁਸੀਂ ਮਹਿਸੂਸ ਕਰੋ ਕਿ 2000 ਵਿਡੋ ਦਿੱਲੀ 'ਚ ਬੈਠੀ ਹੈ ਜੀ ਉਹ ਬੱਚੇ ਜਿਹੜੇ ਉਹ 25 ਜਿਹੜੇ ਉਦੋਂ ਛੋਟੇ ਸੀ ਅੱਜ 26 ਸਾਲ ਦੇ ਹੈ ਜੀ ਕਦੀ ਆ ਕੇ ਦੇਖੋ ਵੀ ਉਹ ਕਿੱਥੇ ਰਹਿੰਦੇ ਕਿਵੇਂ ਹੈ ਕਿ ਉਹ ਕਿਹੜੇ ਕੁਆਟਰ ਦਿੱਤੇ ਗਏ ਆ ਕੀ ਕੁਆਟਰ ਲਿਵਿੰਗ ਕੰਡੀਸ਼ਨ ਹੈ ਉਹਨਾਂ ਦੀ ਜੀ ਜੀ ਸਵਾਲ ਤੇ ਹੈ ਕਿ ਸਿੱਖਾਂ ਨੂੰ ਵੀ ਸ਼ਰਮ ਆਉਣੀ ਚਾਹੀਦੀ ਹੈ ਕਿ ਅਸੀਂ ਸਭ ਕੁਝ ਬਜਟ ਹੁੰਦੇ ਆਪਣੇ ਬਿਲਕੁਲ ਇਹੀ ਮੈਂ ਕਹਿ ਰਿਹਾ ਨਵੀਂ ਕਲੋਨੀ ਨਾ ਖੜੀ ਕਰ ਸਕੇ ਵਿਕਟਮ ਕਲੋਨੀ ਜਿਹਦੇ ਵਿਚਾਰੇ ਇਕੱਠੇ ਚੰਗੇ ਇੱਕ ਮਲਟੀ ਸਟੋਰੀ ਬਿਲਡਿੰਗ ਬਣੇ ਜੀ 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 ਗੱਲ ਉਹਨੂੰ ਕਸੋ ਜੋ ਤੁਸੀਂ ਇਹ ਅਸੀਂ ਇਹ ਨਾ ਕਰੀਏ ਹਰ ਵਾਰੀ ਕਿ ਕੰਪਨਸੇਸ਼ਨ ਰੋਜ਼ ਮਿਲਦੀਆਂ ਹਰ ਕੇਸਾਂ 'ਚ ਹਾਂਜੀ ਰੋਜ਼ ਪੁਲਿਸ ਫਾਇਰਿੰਗ ਹੁੰਦੀ ਹੈ 10-10 ਲੱਖ ਰੁਪਇਆ ਪਰ ਇੰਡੀਵਿਜੁਅਲ ਗੌਰਮੈਂਟ ਹੁਣ ਦਿੰਦੀ ਹੈ ਇੱਕ ਦਿੱਲੀ 'ਚ ਕੇਸ ਹੋਇਆ ਉਹਨੂੰ 1 ਕਰੋੜ ਮਿਲਿਆ ਹਾਂਜੀ ਬਿਲਕੁਲ ਹੁਣੇ ਪਿੱਛੇ ਲਿਵਿੰਗ ਕੰਡੀਸ਼ਨ ਉਹਨਾਂ ਨੇ ਵਿਕਟਮ ਦੀ ਹੈ ਉਹਨਾਂ ਵਾਲੀ ਤਾਂ ਪਸੰਦ ਵੇਖੀਏ ਜੀ 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 ਉਹ ਹਾਲ ਤੱਕ ਨਹੀਂ ਹੋਇਆ ਵਿਚਾਰਿਆਂ ਦੀ ਕੰਡੀਸ਼ਨ ਬੜੀ ਮਾੜੀ ਹੈ ਤੁਸੀਂ ਰੋਜ਼ ਟੀਵੀ 'ਤੇ ਵੀ ਦੇਖਦੇ ਹੋ ਵਿਚਾਰੀਆਂ ਲੇਡੀਜ਼ ਕਿਵੇਂ ਆਉਂਦੀਆਂ ਜੀ ਉਹ ਦੂਜੀ ਗੱਲ ਹੈ ਕਿ ਜਿਹੜੀ ਪ੍ਰਾਈਮ ਮਿਨਿਸਟਰ ਨੇ ਕੰਪਨਸੇਸ਼ਨ ਅਨਾਊਂਸ ਕੀਤੀ ਸੀ ਪਾਰਲੀਮੈਂਟ 'ਚ ਹਾਂਜੀ ਉਹ ਹਾਲ ਤੱਕ ਲਾਗੂ ਨਹੀਂ ਹੋਈ ਪੂਰੀ ਤਰ੍ਹਾਂ ਇਕੱਲੀ ਦਿੱਲੀ ਨਹੀਂ ਇਸੇ ਕਾਨਪੁਰ ਹੈ ਇਸੇ ਜਮਸ਼ੈਦਪੁਰ ਹੈ ਟਾਟਾ ਨਗਰ ਹੈ ਇਹਦੇ 'ਚ ਇੰਨੀਆਂ ਜਗ੍ਹਾ ਹੋਰ ਵੀ ਲੋਕ ਮਰੇ ਨਾ ਜੀ ਹਾਂ ਜੀ ਹਾਂ ਜੀ ਹਾਂ ਅਜੇ ਹੋਰ ਕਈ ਥਾਵਾਂ ਉਜਾਗਰ ਵੀ ਹੋ ਰਹੀਆਂ ਜਿਵੇਂ ਹੋਂਦ ਚਿੱਲੜ ਵੀ ਆਇਆ ਕਈ ਥਾਵਾਂ ਦੀ ਅਜੇ ਤੇ ਪਤਾ ਹੀ ਨਹੀਂ ਮੇਰੀ ਗੱਲ ਹੈ ਇਹਦੇ ਕਈ ਸੈਕਸ਼ਨ ਹੈ ਹਾਂਜੀ ਇਹ ਸੈਕਸ਼ਨ ਤਾਂ ਹੀ ਹੋਣਗੇ ਕਿ ਗਵਰਨਮੈਂਟ ਆਫ ਇੰਡੀਆ ਪਹਿਲੀ ਗੱਲ ਤੇ ਹੈ ਕਿ ਨਵੀਂ ਸਰਕਾਰ ਹੁਣ ਆਏ ਮੋਦੀ ਵਾਲੀ ਉਹ ਹੀ ਅਨਾਊਂਸ ਕਰੇ ਕੋਈ ਜੀ ਕਮਿਸ਼ਨ ਬਣਾਵੇ ਜਿਵੇਂ ਤੁਸੀਂ ਕਹਿੰਦੇ ਹੋ ਜੀਊ ਸਭਾ ਬਣਿਆ ਉਹ ਜਾ ਇੱਕ ਬਣਾ ਕੇ ਸੋਚੋ ਜੀ ਜਾਂ ਕੰਪਨਸੇਸ਼ਨ ਦੀ ਬੜੀ ਵੱਡੀ ਗੱਲ ਹੋਵੇ ਔਰ ਤੀਸਰਾ ਇੰਡੀਅਨ ਪਾਰਲੀਮੈਂਟ ਵਿੱਚ ਜਿਹੜਾ ਮੈਂ ਲਿਖ ਕੇ ਮੂਵ ਕੀਤਾ ਸੀ ਕਿ ਪਾਰਲੀਮੈਂਟ ਦੇ ਦੋਨੋਂ ਹਾਊਸ ਮਾਫ਼ੀ ਮੰਗਣ ਜੀ ਰਾਹੁਲ ਗਾਂਧੀ ਦੀ ਮਾਫ਼ੀ ਜਾਂ ਉਹਦੇ ਦਾ ਸਾਨੂੰ ਕੋਈ ਐਡਵਾਂਟੇਜ ਨਹੀਂ ਜੀ ਜੀ ਕਹਿਣਾ ਸੀ ਇਹ ਠੀਕ ਹੈ ਇੱਕ ਇਸ਼ੂ ਬਣਾ ਲੈਂਦੇ ਹਾਂ ਅਸੀਂ ਮਾਫ਼ੀ ਹੁੰਦੀ ਹੈ ਇੰਡੀਆ ਸਰਕਾਰ ਵੱਲੋਂ ਸਰਕਾਰ ਹੁੰਦੀ ਹੈ ਪਾਰਲੀਮੈਂਟ ਜੀ 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 ਬੋਥ ਹਾਊਸ ਆਫ ਪਾਰਲੀਮੈਂਟ ਉੱਠ ਕੇ ਕਹਿਣ ਵੀ ਇਹ ਗਲਤ ਹੋਇਆ ਮੈਂ ਇਹ ਲਿਖ ਕੇ ਦੋ ਵਾਰੀ ਮੂਵ ਕੀਤਾ ਜੀ ਬਟ ਇਹ ਮੈਂ ਮੂਵ ਰੈਜ਼ੋਲੂਸ਼ਨ ਪਾਇਆ
जी 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 कि आज दा ये हाउस जड़ा ये महसूस करता है कि वो होया बहुत गलत होया और इसी सारी नेशन माफी मांगती है। फिर उदा की उदा की असर की होया ओ उदा उदा मते दा की बनया? नहीं मतलब मैं कला आदमी है, मैं तो मूवी करने वाला ना। बिल्कुल एदा मतलब है गए कि किसे दी नियत नहीं है, सारे एफर्ट करके ये रेजोल्यूशन पार्लियामेंट चो पास करवाई। वंस फॉर ऑल हो जाएगा फिर वो, जिवें कनेडा दी पार्लियामेंट ने कामा गाटा मारू दा कीता। जी 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 छोटे जे वक्फे दे बाद कृपा करके लाइन ते बने रहो। Tax problem? No problem. Computex INC आओ ते अपने टैक्सां दा मसला सुलझाओ। Computex INC business अते personal income tax. असी payroll and certified payroll taxes, MTA taxes, workers compensation, bookkeeping आदि भी करदे हां। Computex INC हर वेले तुहाडी सेवा दे विच हाजिर है। 20 सालां दा तजर्बा। We cover all 50 states. असी पंजाबी, उर्दू अते होर भी भाषा बोलदे हां। ਵਧੇਰੀ ਜਾਣਕਾਰੀ ਲਈ ਸਾਨੂੰ ਕੰਟੈਕਟ ਕਰੋ 718-371-5555 718-426-5695। ਤਜਰਬੇਕਾਰ ਵਕੀਲਾਂ ਦੀ ਟੀਮ ਜਿਨ੍ਹਾਂ ਨੂੰ ਮਹਾਰਤ ਹਾਸਿਲ ਹੈ ਇਮੀਗ੍ਰੇਸ਼ਨ ਇਨਕਲੂਡਿੰਗ ਅਸਾਈਲਮ ਡਿਪੋਰਟੇਸ਼ਨ ਡਿਫੈਂਸ ਫੈਮਿਲੀ ਐਮਪਲੋਇਮੈਂਟ ਐਂਡ ਇਨਵੈਸਟਮੈਂਟ ਬੇਸਡ ਇਮੀਗ੍ਰੇਸ਼ਨ। ਇੱਥੇ ਹਰ ਤਰ੍ਹਾਂ ਦੇ ਕ੍ਰਿਮੀਨਲ ਕੇਸਿਸ ਜਿਵੇਂ ਵਾਇਲੇਸ਼ਨ ਟੈਕਸੀ ਲਿਮੋਜ਼ਿਨ ਕਮਿਸ਼ਨ ਦੇ ਮਾਮਲੇ ਰੈਜ਼ੀਡੈਂਸ਼ੀਅਲ ਅਤੇ ਕਮਰਸ਼ੀਅਲ ਕਲੋਜ਼ਿੰਗ ਡਾਈਵੋਰਸ ਕੇਸਿਸ ਬਿੱਲ ਅਤੇ ਟਰਸਟ ਰਿਲੇਟਡ ਕੇਸਿਸ ਵੀ ਸੋਲਵ ਕੀਤੇ ਜਾਂਦੇ ਨੇ। ਕਲਾਇੰਟਸ ਦੀ ਸੁਵਿਧਾ ਲਈ ਸਾਡੀਆਂ ਬ੍ਰਾਂਚਿਸ ਹਰ ਮੇਜਰ ਟ੍ਰੇਨ ਲਾਈਨਸ ਦੇ ਨਜ਼ਦੀਕ ਹਨ। JZE4523 ਅਸੀਂ ਵੀਕਐਂਡ ਅਤੇ ਲੇਟ ਆਰ ਅਪਾਇੰਟਮੈਂਟ ਵੀ ਲੈਂਦੇ ਹਾਂ। ਅਸੀਂ ਬੋਲਾਂਗੇ ਤੁਹਾਡੀ ਬੋਲੀ। ਕੰਟੈਕਟ ਕਰਨ ਤੇ ਤੁਹਾਨੂੰ ਮਿਲੇਗਾ ਤੁਰੰਤ ਤਸੱਲੀ ਬਖਸ਼ ਰਿਸਪੌਂਸ। ਕੰਟੈਕਟ ਕਰਨ ਲਈ ਸਾਡੇ ਨੰਬਰਸ ਨੇ 888-824-7227 ਅਤੇ 917-728-0049। Apna Bazaar Cash and Carry, the biggest and the oldest grocery store in the town. For all your daily groceries, fresh produce, fruits and vegetables. More than 12,000 grocery items and produced at competitive prices. Apna Bazaar Cash and Carry. Ample free parking. Apna Bazaar, Edison, New Jersey. व्हाइट होल व्हीट आटा फाइबर वाला शेर व्हाइट होल व्हीट आटा फाइबर वाला हार्ट एंड स्ट्रोक फाउंडेशन और होल ग्रेन काउंसिल से अप्रूव्ड।
आपका हाजमा करे बढ़िया, कोलेस्ट्रॉल और वेट कंट्रोल में करे आपकी मदद, और हार्ट डिजीज से आपको रखे सुरक्षित। शेर बाई होल व्हीट आटा। शेर आटा घर लाओ। पप्पू स्वीट्स, वाह भाई वाह। असी करते हाँ वेजिटेरियन और नॉन वेजिटेरियन खाने भी केटरिंग। मिठाइयाँ 399 अ पाउंड। Always fresh buffet. Sitting capacity for 50 people. Occasion chai koi bhi hove. Yaad rakho Pappu Sweets. For more information, call Pappu Sweets. We are located at Major Intersection, William Parkway, Tressler Drive. ਗੱਟ ਪੰਜਾਬੀ ਦੇ ਦਾਨਿਸ਼ਵਰ ਦਰਸ਼ਕਾਂ ਅਤੇ ਸੁਚੇਤ ਸਰੋਤਾ ਜਿਨ੍ਹਾਂ ਦਾ ਦੇ ਬਾਅਦ ਨਿੱਘਾ ਸਵਾਗਤ ਹੈ। ਸਾਡੇ ਨਾਲ ਸਾਹ ਤਰਲੋਚਨ ਸਿੰਘ ਜੀ, ਸਾਬਕਾ ਮੈਂਬਰ ਪਾਰਲੀਮੈਂਟ ਅਤੇ ਸਾਬਕਾ ਚੇਅਰਮੈਨ ਨੈਸ਼ਨਲ ਮਿਨੋਰਟੀਜ਼ ਕਮਿਸ਼ਨ ਸਾਡੇ ਨਾਲ ਜੁੜੇ ਹਨ ਔਰ ਸਿੱਖ ਮਸਲਿਆਂ ਦੇ ਉੱਤੇ ਗੱਲਬਾਤ ਕਰ ਰਹੇ ਹਨ, ਜਿਹਦੇ ਬਾਰੇ ਉਹਨਾਂ ਨੇ ਕਈ ਕੁਛ ਪਾਰਲੀਮੈਂਟ 'ਚ ਬੜੇ ਖੁੱਲ੍ਹੇ ਤੌਰ ਦੇ ਉੱਤੇ ਆਵਾਜ਼ ਉਠਾਈ ਔਰ ਬੜੀ ਹੀ ਸਖਤ ਲਫਜ਼ਾਂ ਦੇ ਵਿੱਚ ਉਹਨਾਂ ਨੇ ਤਾੜਨਾ ਵੀ ਕੀਤੀ। ਸਰ ਤਰਲੋਚਨ ਸਿੰਘ ਜੀ, ਤੁਹਾਡਾ ਇੱਕ ਵਾਰ ਫਿਰ ਨਿੱਘਾ ਸਵਾਗਤ ਹੈ। ਬੇਨਤੀ ਹੈ ਜੀ, ਜਿਹੜਾ ਕੱਲ੍ਹ ਜੋ ਕੁਛ ਹੋਇਆ ਕਿ ਕਾਂਗਰਸ ਦੇ ਵਾਈਸ ਪ੍ਰੈਜ਼ੀਡੈਂਟ ਹੋਣ ਦੇ ਬਾਵਜੂਦ ਜਦੋਂ ਸਾਰੇ ਹਵਾਲੇ ਸਭ ਕੁਛ ਮੌਜੂਦ ਹੈ ਔਰ ਰਾਜੀਵ ਗਾਂਧੀ ਦਾ ਇਹ ਇੱਕ ਅਮਰ ਵਾਕ ਵੀ ਬੜਾ ਮਸ਼ਹੂਰ ਹੈ ਕਿ ਜਦ ਪੇੜ ਗਿਰਦਾ ਤਾਂ ਧਰਤੀ ਹਿਲਦੀ ਹੈ, ਯਾਨੀ ਕਿ ਉਹ ਸਾਰਾ ਕੁਛ ਹੋਣ ਦੇ ਬਾਵਜੂਦ ਜਿੰਨੇ ਕਮਿਸ਼ਨ ਬਣੇ, ਭਾਵੇਂ ਪਬਲਿਕ ਕਮਿਸ਼ਨ ਬਣੇ, ਭਾਵੇਂ ਕੋਈ ਬਣੇ, ਸਰਕਾਰੀ ਕਮਿਸ਼ਨ ਬਣੇ, ਹਰ ਇੱਕ ਨੇ ਕਾਂਗਰਸ ਦੇ ਉੱਤੇ, ਸਰਕਾਰ ਦੇ ਉੱਤੇ ਦੋਸ਼ ਲਗਾਇਆ ਕਿ ਸਰਕਾਰ ਔਰ ਕਾਂਗਰਸ ਦੀ ਪੂਰੀ ਮਿਲੀ ਭਗਤ ਸੀ। ਬਲਕਿ ਉਹਨਾਂ ਬੰਦਿਆਂ ਨੂੰ ਜਿਹੜੇ ਇਨਵੋਲਵ ਸੀ ਉਹਨਾਂ ਨੂੰ ਅਹੁਦੇ ਵੀ ਦਿੱਤੇ ਗਏ, ਸਨਮਾਨ ਵੀ ਕੀਤਾ ਗਿਆ, ਇਨਾਮ ਵੀ ਦਿੱਤੇ ਗਏ ਸਿੱਖਾਂ ਨੂੰ ਕਤਲ ਕਰਨ ਦੇ ਵਿੱਚ। ਸੋ ਇਸ ਦੇ ਵਿੱਚ ਆ ਕੇ ਰਾਹੁਲ ਗਾਂਧੀ ਦਾ ਬਿਲਕੁਲ ਇਨਕਾਰ ਕਰ ਦੇਣਾ ਔਰ ਇਹ ਕਹਿ ਦੇਣਾ ਕਿ ਹੋ ਸਕਦਾ ਕੁਛ ਕਾਂਗਰਸੀ ਇਨਵੋਲਵ ਹੋਣ, ਤੁਸੀਂ ਇਸ ਬਿਆਨ ਨੂੰ ਇੱਕ ਇਮਾਨਦਾਰੀ ਦੇ ਤਰਾਜ਼ੂ ਦੇ ਉੱਤੇ ਰੱਖ ਕੇ ਦੇਖਿਆ ਜਾਏ ਕਿ ਇੱਕ ਪਾਸੇ ਤਾਂ ਕਹਿੰਦੇ ਸੱਤਮੇਵ ਜੈਤੇ, ਅਤੇ ਇਹ ਬਿਆਨ ਕੀ ਲੋਕਾਂ ਦੇ ਜ਼ਖਮਾਂ 'ਤੇ ਫਿਰ ਨਮਕ ਛਿੜਕਣ ਦੇ ਬਰਾਬਰ ਨਹੀਂ? ਦੇਖੋ, ਇਨ ਵੇ ਜੇ ਮੈਨੂੰ ਪੁੱਛੋ, ਇਹ ਬੜੀ ਅੱਛੀ ਗੱਲ ਹੋਈ ਹੈ। ਵੀ ਸ਼ੁੱਡ ਐਟ ਲੀਸਟ ਇਨ ਵੇ ਟੇਕ full benefit out of this, number one. ਜੀ, ਕਿ ਜੇ ਇਹ ਟਾਈਮ ਨੌ ਵਾਲਾ ਇਹ ਸਵਾਲ ਨਾ ਕਰਦਾ, ਇਹ ਗੱਲ ਇੰਨੀ ਹਾਈਲਾਈਟ ਨਹੀਂ ਸੀ ਹੋਣੀ। ਬਾਈ ਪੁਟਿੰਗ ਦਿਸ ਕੁਐਸਚਨ, ਤੁਸੀਂ ਤਾਂ ਆਪ ਟੀਵੀ ਵਾਲੇ ਹੋ, ਇਹ ਬਹੁਤ ਵੱਡਾ ਇਸ਼ੂ ਸਾਰੀ, ਕਿਉਂਕਿ ਸਾਰਾ ਇੰਡੀਆ ਇਹ ਟੀਵੀ ਚੈਨਲ 'ਤੇ ਦੇਖ ਰਿਹਾ ਸੀ ਉਹਦੀ, ਕਿਉਂਕਿ ਪਹਿਲੀ ਡਿਬੇਟ ਸੀ ਉਹਦੀ। ਜੀ ਜੀ, ਉਸ ਡਿਬੇਟ 'ਚ ਇਹ ਪੁਆਇੰਟ ਆ ਜਾਣਾ ਬਹੁਤ ਵੱਡਾ ਸਾਡੇ ਹੱਕ 'ਚ ਗਿਆ ਕਿ ਸਾਰਾ ਇੰਡੀਆ ਨੂੰ ਪਤਾ ਲੱਗ ਗਿਆ ਕਿ 84 ਕੀ ਹੈ, ਕਿਉਂਕਿ ਇਹ ਚੰਦ ਦਿਨ ਗੁਜਰਾਤ ਗੁਜਰਾਤ ਹਰ ਵਕਤ, ਜਦੋਂ 84 ਆਇਆ ਤਾਂ ਉਹ ਹੁਣ ਹਾਈਲਾਈਟ ਹੋ ਗਿਆ। ਕੱਲ੍ਹ ਸਾਰਾ ਇੰਡੀਆ ਦੇ ਅਖਬਾਰ ਟੀਵੀ 84 'ਤੇ ਮੁੜ ਕੇ ਆ ਗਏ, ਲੋਕਾਂ ਨੂੰ ਪਤਾ ਲੱਗ ਗਿਆ ਕੀ ਜ਼ੁਲਮ ਹੋਇਆ ਸਾਡੇ ਨਾਲ। ਜੀ, ਦੂਜਾ ਰਾਹੁਲ ਗਾਂਧੀ ਨੇ ਜੋ ਕੱਲ੍ਹ ਬੋਲਿਆ ਉਹ ਟੋਟਲ ਗਲਤ ਬੋਲਿਆ। ਜੀ, ਆਈ ਥਿੰਕ ਬੇਸਿਕ ਨੌਲੇਜ ਵੀ ਉਹਨੂੰ ਨਹੀਂ ਸੀ। ਇਸ ਤਰ੍ਹਾਂ ਦੀ ਲਫ਼ਜ਼ ਕਹਿ ਦੇਣੇ ਕਿ ਗੌਰਮੈਂਟ ਦਾ ਔਰ ਕਾਂਗਰਸ ਦਾ ਰੋਲ ਇੱਥੇ ਨਹੀਂ, ਗੌਰਮੈਂਟ ਦਾ ਔਰ ਪਾਰਟੀ ਦਾ ਰੋਲ ਗੁਜਰਾਤ 'ਚ ਹੈ। ਸੋ ਹੀ ਕੰਪੇਅਰ ਗੁਜਰਾਤ ਐਂਡ ਦਿੱਲੀ, ਜਿਹੜਾ ਇੱਕ ਸਟੇਟਮੈਂਟ ਅੱਜ ਲੱਗਿਆ ਅਖਬਾਰਾਂ 'ਚ ਬੜਾ, ਕਿਉਂਕਿ ਜਦੋਂ ਗੁਜਰਾਤ ਰਾਇਟ ਹੋਏ ਉਦੋਂ ਮਿਨਾਰਟੀ ਕਮਿਸ਼ਨ ਵੱਲੋਂ ਮੈਂ ਉੱਥੇ ਗਿਆ ਸੀ ਇਨਕੁਆਇਰੀ ਕਰਨ। ਜੀ, ਸੋ ਮੈਂ ਇਹ ਕਿਹਾ ਕਿ ਦੇਖੋ ਕਿੱਡੀ ਝੂਠ ਬੋਲਿਆ ਜਾ ਰਿਹਾ, ਜਦੋਂ ਗੁਜਰਾਤ 'ਚ ਰਾਇਟ ਹੋਏ ਤਾਂ ਉੱਥੇ ਪੁਲਿਸ ਦੀ ਗੋਲੀ ਚੱਲੀ, ਉਹਦੇ ਨਾਲ 150 ਹਿੰਦੂ ਵੀ ਮਰਿਆ, ਮੀਨ ਰਾਇਟਰ ਜਿਹੜੇ ਅਟੈਕ ਕਰ ਰਹੇ ਸੀ ਉਹ ਵੀ ਮਰੇ, ਦਿੱਲੀ 'ਚ ਇੱਕ ਨਹੀਂ ਮਰਿਆ। ਦਿੱਲੀ 'ਚ ਕੋਈ ਪੁਲਿਸ ਗੋਲੀ ਨਹੀਂ ਚੱਲੀ, ਇੱਕ ਜਗ੍ਹਾ ਇੱਕ ਆਦਮੀ ਨੇ ਗੋਲੀ ਚਲਾਈ। ਦਿੱਲੀ ਵਿੱਚ ਕੋਈ, ਉਹਨਾਂ ਨੇ 7,800 ਉੱਥੇ ਬੰਦੇ ਅਰੈਸਟ ਕੀਤੇ, ਕੋਈ ਅਰੈਸਟ ਨਹੀਂ ਹੋਇਆ। ਸੋ ਦਿੱਲੀ ਵਿੱਚ ਤੇ ਸਿੱਖਾਂ ਨੂੰ ਖੂਨ ਕਾ ਬਦਲਾ ਖੂਨ, ਟੀਚ ਦੈਮ ਲੈਸਨ, ਇਹ ਸਲੋਗਨ ਗੌਰਮੈਂਟ ਦੀ ਆਪਣੀ ਪਾਰਟੀ ਕਾਂਗਰਸ ਨੇ ਲਾਏ ਔਰ ਕਾਂਗਰਸ ਨੇ ਖੁਦ ਸਾਰੇ ਮਾਬ ਲੀਡ ਕੀਤੇ। ਇਹ 100% ਜਿਹੜਾ ਇਟ ਵਾਜ ਏ ਸਪਾਂਸਰਡ ਅਟੈਕ, ਔਰ ਜਿਹੜਾ ਗੁਜਰਾਤ ਸੀ ਉਹ ਕਿਉਂਕਿ ਗੋਦਰਾ ਕਾਂਡ ਹੋ ਗਿਆ ਸੀ ਜਿਹਦੇ ਕਿ ਕਈ ਹਿੰਦੂ ਜਲ ਗਏ, ਉਹ ਸਪਾਂਟੇਨੀਅਸ ਇੱਕ ਉੱਠ ਪਿਆ। ਲੇਕਿਨ ਉੱਥੇ ਆਪਾਂ ਠੀਕ ਹੈ, ਮਰਨਾ ਮਾਰਨਾ ਇੱਕ ਗੁਨਾਹ ਹੈ ਔਰ ਪੁਲਿਸ ਨੂੰ ਕੰਟਰੋਲ ਕਰਨਾ ਡਿਊਟੀ ਹੈ, ਲੇਕਿਨ ਜਿਹੜਾ ਕੰਪੈਰੀਜ਼ਨ ਕਰੋ ਦਿੱਲੀ ਨਾਲ, ਨਹੀਂ ਕੰਪੈਰੀਜ਼ਨ ਤੇ ਦੇਖੋ, ਕਤਲ 800 ਹੈ, ਸਾਡੀ ਡੈਥ 5,000 ਹੈ। ਜੀ ਜੀ, ਕਤਲ ਤੇ ਕਤਲ ਹੈ ਜੀ, ਔਰ ਮਤਲਬ ਉੱਥੇ 800 ਹੈ ਟੋਟਲ, ਸਾਡੇ 5,000 ਹੈ,
ਮੇਰੇ ਮੇਰੇ ਕੰਪੈਰੀਜ਼ਨ ਹੀ ਨਹੀਂ ਹੋ ਸਕਦਾ। ਔਰ ਫਿਰ ਕੈਪੀਟਲ ਦੀ ਕੰਟਰੀ ਤਿੰਨ ਦਿਨ ਆਰਮੀ ਜਿਹੜੀ ਦਿੱਲੀ ਕੰਟੋਨਮੈਂਟ ਦੀ ਉਹ ਤੇ ਲਿਆਂਦੀ ਨਹੀਂ, ਮੇਰਠ ਤੋਂ ਲਿਆਂਦੀ ਜੀ। ਦੇਖੋ ਕਿੱਦਾਂ, ਇੱਕੋ ਇਹ ਪੁਆਇੰਟ ਹੀ ਦੇਖ ਲਓ, ਵਾਈ ਕਾਂਡ ਦੀ ਆਰਮੀ ਮੂਵਡ ਫਰੋਮ ਕੰਟੋਨਮੈਂਟ ਆਫ ਦਿੱਲੀ ਜੀ, ਸਾਰਾ ਬੈਠੀ ਤੇ ਉੱਥੋਂ ਮੰਗਾਈ ਜੀ। ਮੇਰਾ ਕਿੱਡਾ ਫਰਕ ਹੈ ਗੱਲ ਕਰਨ ਦਾ, ਗੌਰਮੈਂਟ ਦੀ ਅਪਰੋਚ ਦਾ। ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਕੱਲ੍ਹ ਉਹਨੇ ਕੀਤੀਆਂ ਬਹੁਤ ਗਲਤ ਹੋਇਆ, ਬਟ ਜਿਸ ਤਰ੍ਹਾਂ ਦਾ ਲੋਕਾਂ 'ਚ ਇਹਦੀ ਚਰਚਾ ਹੋਈ ਹੈ ਸਾਡੇ ਹੱਕ 'ਚ, ਉਹ ਬਹੁਤ ਅੱਛੀ ਗੱਲ ਹੋਈ। ਅੱਛਾ, ਇੱਕ ਚੀਜ਼ ਇਹ ਦੱਸੋ ਕਿ ਜਿਹੜਾ ਦਿੱਲੀ ਦੇ ਵਿੱਚ ਜੋ ਕੁਛ ਕਤਲੇਆਮ ਹੋਇਆ ਉਹਦੀਆਂ 587 FIR ਦਾਖਲ ਹੋਈਆਂ ਸੀ, ਔਰ ਜਿਨ੍ਹਾਂ ਦੇ ਵਿੱਚੋਂ 241 FIR ਪੁਲਿਸ ਨੇ ਖੁਦ ਹੀ ਕਲੋਜ਼ ਕਰ ਦਿੱਤੀਆਂ ਕਿ ਜੀ ਗਵਾਹ ਨਹੀਂ ਮਿਲ ਰਹੇ, ਬੰਦੇ ਨਹੀਂ ਲੱਭ ਰਹੇ, ਉਹ ਨਹੀਂ ਮਰ ਰਹੇ। ਲਾਂਬਾ ਜੀ, ਮੈਂ ਪਾਰਲੀਮੈਂਟ 'ਚ ਮੂਵ ਕੀਤਾ ਫਰਵਰੀ 'ਚ 2010 'ਚ ਜੀ, ਕਿ ਇੱਕ ਰਿਪੋਰਟ ਛਪੀ ਸੀ ਮਿੱਤਲ ਕਮੇਟੀ ਦੀ। ਹਾਂਜੀ, ਗੌਰਮੈਂਟ ਦੀ ਆਪਣੀ ਬਣਾਈ ਸੀ ਕਮੇਟੀ। ਹਾਂਜੀ ਹਾਂਜੀ, ਮਿੱਤਲ ਕਪੂਰ ਜਸਟਿਸ ਤੋਂ, ਉਹਨਾਂ ਨੇ 16 ਪੁਲਿਸ ਅਫਸਰ ਨੇਮ ਕੀਤੇ ਕਿ ਜਿਹੜੇ ਰਿਸਪਾਂਸੀਬਲ ਹਨ, ਜਿਨ੍ਹਾਂ ਨੇ ਲੋਕਾਂ ਨੂੰ ਮਾਰਿਆ, ਲੋਕਾਂ ਨੂੰ ਉਤਸ਼ਾਹ ਦਿੱਤਾ। ਉਹ 16 ਅਫਸਰ ਮੈਂ ਉੱਠ ਕੇ ਨਾ ਪੜ੍ਹ ਕੇ ਸੁਣਾਤੇ ਵੀ ਇਹ ਰਿਪੋਰਟ ਤੁਹਾਡੀ 'ਚ ਹੈ। ਉਹਨਾਂ 'ਚੋਂ ਇੱਕ ਅਫਸਰ ਸੀ ਜਿਹੜਾ ਮੋਹਤ ਖਾਨ, ਉਹਨੂੰ ਕਾਂਗਰਸ ਟਿਕਟ ਦਾ MLA ਮਿਲਿਆ, MLA ਟਿਕਟ ਮਿਲਿਆ ਜੀ। ਮੈਂ ਉੱਠ ਕੇ ਕਿਹਾ ਚਾਮਰਨ ਜੀ, ਇਹ ਪੁਲਿਸ ਜਿਹੜੇ ਗਿਲਟੀ ਕਰਦੇ ਗਏ, ਇਹਨਾਂ ਦੇ ਖਿਲਾਫ਼ ਕੀ ਕਿਉਂ ਨਹੀਂ ਐਕਸ਼ਨ ਲਿਆ ਗਿਆ? ਦੇਖੋ ਨਾ, ਮੇਰਾ ਮਤਲਬ ਹੈ ਗੱਲ ਤੇਰੀ ਪ੍ਰੈਕਟੀਕਲ, ਇਹਦਾ ਮਤਲਬ ਸਰਕਾਰ ਦੀ ਬਿਲਕੁਲ ਨੀਅਤ ਨਹੀਂ ਹੈ ਸਿੱਖਾਂ ਨੂੰ ਕੋਈ ਇਨਸਾਫ ਦੇ ਹੈ ਕਿ ਮੈਂ ਆਪਣੇ ਦੇ ਨਾਂ ਪੜ੍ਹ ਕੇ ਸੁਣਾਏ। ਮੈਂ ਕਿਹਾ ਜੀ ਇਹ ਪਰਸਨ ਦੋਸ਼ੀ ਹੈ, ਤੁਸੀਂ ਇੱਕ ਬੰਦਾ ਗਲਤੀ ਕਰਦਾ ਉਸ ਨੂੰ ਫਾਂਸੀ ਦਿੰਦੇ ਹੋ, ਸਰਕਾਰੀ ਅਫਸਰਾਂ ਨੂੰ ਫੜਿਆ ਗਿਆ, ਇਹਨਾਂ ਨੂੰ ਕਿਉਂ ਨਹੀਂ ਫੜਦੇ ਹੋ? ਜੀ ਜੀ, ਉਹ ਕਹਿੰਦਾ ਜੀ ਉਹ ਰਿਟਾਇਰ ਹੋ ਗਏ ਸਾਰੇ, ਸੁਣੀ ਜਵਾਬ ਇਹ। ਹਾਂ ਮੈਨੂੰ ਪਤਾ ਹੈ ਜੀ, ਜਿਹੜਾ ਬੰਦਾ ਕਤਲ ਕਰਕੇ ਘਰ ਚਲਾ ਜਾਏ ਉਹ ਮਾਫ਼ ਹੋ ਜਾਂਦਾ, ਰਿਟਾਇਰ ਹੋ ਗਿਆ? ਜੀ 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 ਜੀ, ਮੇਰਾ ਮਤਲਬ ਗੱਲਾਂ ਜਿਹੜੀਆਂ ਸਿਸਟਮੈਟਿਕ ਇੰਨੀਆਂ, ਸਾਡੇ ਕੋਲ ਪ੍ਰੂਫ ਹੈਗੇ, ਪਰ ਗਲਤ ਉੱਥੇ ਆਈ, ਮਰੀ ਕਿਉਂ ਸਾਹ ਨਹੀਂ ਆਇਆ? ਸਰਕਾਰ ਦੀ ਨੀਤੀ ਨਹੀਂ ਹੈ, ਕਰਨ ਦੀ ਅਸੀਂ ਕਰੀਏ ਕੀ? ਤਾਂ ਤਾਂ ਫਿਰ ਇਹਦਾ ਮਤਲਬ ਹੈ ਕਿ ਕਹਿ ਲਈਏ ਜਿਵੇਂ ਸਰਦਾਰ ਕਪੂਰ ਸਿੰਘ ਨੇ ਆਪਣੀ ਸਾਚੀ ਸਾਖੀ 'ਚ ਲਿਖਿਆ ਸੀ ਕਿ ਮੁਲਕ ਹਿੰਦੂ ਕਾ, ਰਾਜ ਟਿਕੜੇ ਕਾ, ਰਾਖਾ ਗੁਰੂ ਹੈ ਭਾਈ ਸਿੱਖੜੇ ਕਾ। ਚਲੋ ਉਹ ਤਾਂ ਉਹਨਾਂ ਦੀ ਬੜੇ ਵੱਡੇ ਵਿਦਵਾਨ ਸਨ, ਲੇਕਿਨ ਅਸੀਂ ਇਸ ਮੁਲਕ 'ਚ ਰਹਿਣਾ ਜੀ, ਅਸੀਂ ਇਹੋ ਜਿਹੇ ਬਿਆਨ ਨਾਲ ਸਾਡਾ ਕੋਈ ਮਤਲਬ ਨਹੀਂ। ਮੈਂ ਉਹਨਾਂ ਦੀ ਜਿਹੜੀ ਲਿਖਤ ਹੈ ਉਹ ਵੀ ਫਿਰ ਦੁਖੀ ਹੋ ਕੇ ਉਹਨਾਂ ਨੇ, ਮੁਲਕ ਹੈ, ਮੁਲਕ ਦਾ ਵਿਧਾਨ ਹੈ, ਮੁਲਕ ਦਾ ਕਾਨੂੰਨ ਹੈ ਜੀ, ਵੀ ਹੈਵ ਟੂ ਟ੍ਰਾਈ ਆਵਰ ਬੈਸਟ ਟੇਕ ਫੁੱਲ ਬੈਨੀਫਿਟ ਆਊਟ ਆਫ ਦ ਐਗਜ਼ਿਸਟਿੰਗ ਲਾ ਜੀ। ਅੱਛਾ, ਦੂਜੀ ਗੱਲ ਮੇਰਾ ਸਿਰਫ ਅਖੀਰਲਾ ਇੱਕ ਸਵਾਲ ਹੈ, ਬਾਕੀ ਤਾਂ ਹੋਰ ਬਹੁਤ ਕੁਛ ਹੈ। ਧਾਰਾ 25 ਜਿਸ ਨੂੰ ਸਾੜਿਆ ਵੀ ਸਾਹਿਬ ਪ੍ਰਕਾਸ਼ ਸਿੰਘ ਬਾਦਲ ਨੇ, ਔਰ ਨਾਲ ਹੀ ਬਰਨਾਲਾ ਸਾਹਿਬ ਵੀ ਆਏ, ਔਰ ਜਿਹਦੇ 'ਤੇ ਸ਼ੁਰੂ ਤੋਂ ਇਤਰਾਜ਼ ਹੋ ਰਿਹਾ ਕਿ ਸਿੱਖਾਂ ਦੀ ਵੱਖਰੀ ਹੋਣ ਦੇ ਖਿਲਾਫ਼ ਹੈ, ਹਾਲਾਂਕਿ ਇਹਦੇ 'ਤੇ ਵਿਵਾਦ ਹੋ ਸਕਦਾ ਹੈ, ਬਹਿਸ ਹੋ ਸਕਦੀ ਹੈ, ਡਿਬੇਟੇਬਲ ਹੈ ਕਿ ਕੀ ਇਹ ਧਾਰਾ ਸਿੱਖਾਂ ਦੀ ਹੋਂਦ ਨੂੰ ਮੰਨਦੀ ਹੈ, ਕਿ ਇੱਕੋ ਇੱਕ ਇਹੀ ਧਾਰਾ ਜਿਹਦੇ ਸਿੱਖਾਂ ਦੀ ਹੋਂਦ ਨੂੰ ਤਸਲੀਮ ਵੀ ਕੀਤਾ ਜਾਂਦਾ। ਪਰ ਤੁਹਾਡੀ ਕੋਸ਼ਿਸ਼ ਦੇ ਬਾਅਦ ਵੈਂਕਟਾ ਚਲਾਈਆ ਕਮਿਸ਼ਨ ਨੇ ਰਿਪੋਰਟ ਵੀ ਦਿੱਤੀ, ਉਹਨੂੰ ਇੰਨੇ ਸਾਲ ਹੋ ਗਏ ਹੈ, ਕੀ ਉਹ ਬਣੇਗੀ, ਤਰਮੀਮ ਹੋਏਗੀ ਕਿ ਉੱਥੇ ਹੀ ਰਹਿ ਜਾਏਗੀ? ਦੇਖੋ ਜੀ, ਤਰਮੀਮ ਕਰਦੀ ਹੈ ਪਾਰਲੀਮੈਂਟ ਜੀ, ਸਿਸਟਮ ਹੈ ਓਨਲੀ ਟੂ ਅਡਾਪਟ ਪਾਰਲੀਮੈਂਟਰੀ ਪ੍ਰੋਸੀਜਰ ਜੀ। ਆਈ ਮੂਵ ਦਿਸ ਰੈਜ਼ੋਲੂਸ਼ਨ ਟੂ ਅਮੈਂਡ ਦ ਐਕਟ, ਇਹ ਦੋ ਵਾਰੀ ਮੇਰੀ ਵਾਰ, ਕਿਉਂਕਿ ਇਹ ਹੁੰਦਾ ਪ੍ਰਾਈਵੇਟ ਮੈਂਬਰ ਬਿੱਲ, ਜਿਵੇਂ ਮੇਰਾ ਮੈਰਿਜ ਐਕਟ 'ਚ ਪਾਇਆ ਜੀ ਜੀ, ਉਹ ਦੋ ਵਾਰੀ ਮੇਰਾ ਲੱਗਿਆ ਵੀ, ਲੇਕਿਨ ਉੱਧਰ ਬਹਿਸ ਨਾ ਹੋਈ, ਹਾਊਸ ਡਿਸਟਰਬ ਹੋ ਗਿਆ, ਸੋ ਮੈਂ ਰਿਟਾਇਰ ਹੋ ਗਿਆ, ਮੇਰੇ ਲਈ ਇਹ ਖਤਮ ਹੋ ਗਈ। ਮੈਂ ਹੁਣ ਡਾਕਟਰ ਰਤਨ ਸਿੰਘ ਅਜਨਾਲਾ ਕੋਲੋਂ ਉਹ ਹੀ ਮੂਵ ਫਿਰ ਕਰਾਇਆ। ਹਾਂਜੀ, ਆਲਰੇਡੀ ਲੋਕ ਸਭਾ 'ਚ, ਪਰ ਲੋਕ ਸਭਾ ਹੁਣ ਖਤਮ ਹੋਣ ਵਾਲੀ ਹੈ, ਇਸ ਲਈ ਉੱਥੇ ਵੀ ਖਤਮ ਹੋ ਜਾਏਗਾ ਜੀ, ਉਹ ਨਵੀਂ ਪਾਰਲੀਮੈਂਟ 'ਚ ਆਏਗੀ, ਔਰ ਜਿਵੇਂ ਲੱਗਦਾ ਅਕਾਲੀ ਮੈਂਬਰ ਬਹੁਤੇ ਆਉਣਗੇ, ਲੈਟ ਦੈਮ ਮੂਵ ਵਿਦ ਦਾ ਰੈਜ਼ੋਲੂਸ਼ਨ ਅਗੇਨ ਇਨ ਦਾ ਲੋਕ ਸਭਾ ਐਂਡ ਅਗੇਨ ਇਨ ਦਾ ਰਾਜ ਸਭਾ ਜੀ, ਔਰ ਕੋਸ਼ਿਸ਼ ਕਰੋ ਕਿ ਸਾਰੇ ਹਾਊਸ ਨੂੰ ਇਕੱਠਾ ਕਰਕੇ ਰੈਜ਼ੋਲੂਸ਼ਨ ਪਾਸ ਕਰੋ ਜੀ, ਵਨਸ ਇਟਸ ਅਡਾਪਟਡ ਇਨ ਦਾ ਹਾਊਸ ਸਰਕਾਰ ਇਹਨੂੰ ਅਮੈਂਡ ਕਰ ਦੇਗੀ। ਠੀਕ ਹੈ ਠੀਕ ਹੈ, ਸੋ ਮਸਲੇ ਤੇ ਬਹੁਤ ਹੈ, ਤੁਹਾਡਾ ਮਤਲਬ ਹੈ ਜਿੰਨੀ ਦੇਰ ਤੱਕ ਸਾਡੇ ਸਿਰਫ ਬਿਆਨਬਾਜ਼ੀ ਅਖਬਾਰਾਂ ਤੋਂ ਉੱਠ ਕੇ ਉੱਪਰ ਪਾਰਟੀ ਇਸ ਨੂੰ ਸਿਸਟਮ ਅਡਾਪਟ ਕਰੇ ਜੀ ਜੀ ਜੀ, ਵੈਂਕਟ ਚਲਾਈਆ ਵੀ ਜਦੋਂ ਕਮਿਸ਼ਨ ਬਣਿਆ ਮੈਂ ਹੀ ਪੇਸ਼ ਹੋਇਆ। ਹਾਂਜੀ ਹਾਂਜੀ, ਉਹ ਰਿਕਾਰਡ ਉਹਨਾਂ ਰਿਕਾਰਡ ਦੇ ਕੇ ਤ੍ਰੋਜਨ ਸਿੰਘ ਸਾਹਿਬ, ਉਹਨਾਂ ਨੇ ਐਕਸੈਪਟ ਕਰਕੇ ਮੇਰੇ ਜੀ ਪ੍ਰੋਪੋਜ਼ਲ ਲਾਗੂ ਕੀਤੀ ਜੀ 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 ਜੀ। ਹੁਣ ਵੀ ਪਾਰਲੀਮੈਂਟ ਦੇ ਸਾਰੇ MP ਸਾਡੇ ਹੋਣਗੇ ਜੀ, ਔਰ ਦੇਖੋ ਇਹਦੇ 'ਚ ਕੀ ਹੈ ਕਿ ਮੈਂ ਜਦੋਂ ਮੈਰਿਜ ਐਕਟ ਹੋਇਆ ਮੈਂ ਕਾਂਗਰਸੀ MP ਤੋਂ ਵੀ ਸਾਈਨ ਕਰਾ ਲਏ, ਬਲਕਿ ਜਿੰਨੇ 20-21 MP ਹੁੰਦੇ ਆ ਸਿੱਖ ਪਾਰਲੀਮੈਂਟ ਸਾਰਿਆਂ ਤੋਂ ਸਾਈਨ ਕਰਨ, ਆਫਟਰ ਦਿਸ ਇਜ਼ ਕੁਐਸਚਨ ਆਫ ਸਿੱਖ ਨਾਟ ਆਫ ਅਕਾਲੀ ਜੀ 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 ਜੀ, ਸਾਰੇ MP ਤੋਂ ਸਾਈਨ ਕਰਾ ਕੇ ਰੈਜ਼ੋਲੂਸ਼ਨ ਮੂਵ ਕਰਤਾ ਜਾਵੇ ਜੀ। ਮੈਂ ਇੱਕ ਟਿੱਪਣੀ ਜ਼ਰੂਰ ਕਰਨਾ ਚਾਹਾਂਗਾ, ਤੁਸੀਂ ਜ਼ਿਕਰ ਕੀਤਾ ਹੈ ਕਿ ਸਿੱਖ ਮੈਰਿਜ ਐਕਟ ਜਿਹੜਾ ਪਾਸ ਹੋ ਗਿਆ, ਪਰ ਦਰਅਸਲ ਉਹ ਹਿੰਦੂ ਮੈਰਿਜ ਐਕਟ ਦੀ ਹੀ ਇੱਕ ਧਾਰਾ ਹੈ ਜਿਹੜੀ ਕਿ ਰਜਿਸਟ੍ਰੇਸ਼ਨ ਮਕਸਦ ਲਈ, ਉਹ ਵੀ ਸਟੇਟ ਦੇ ਉੱਤੇ ਹਰ ਸੂਬੇ 'ਤੇ ਮਨਸਰ ਹੈ ਕਿ ਉਹ ਲਾਗੂ ਕਰੇ ਨਾ ਕਰੇ, ਨਾ ਕਿ ਸਾਰੇ ਹਿੰਦੁਸਤਾਨ ਲਈ ਹੈ। ਸੋ ਕੀ ਕਦੇ ਆਏਗਾ ਜਾਂ ਨਹੀਂ ਆਏਗਾ,
ਕਦੇ ਪੂਰਾ ਜੀ ਇਸ ਲਈ ਬੜਾ ਕੋਈ ਔਖਾ ਨਹੀਂ ਜੀ, ਇਹਦੇ ਚ ਸਟੇਟ ਗਵਰਨਮੈਂਟ ਪੰਜਾਬ ਖੁਦ ਇੰਟਰਸਟ ਲੈ ਕੇ ਕਰਾ ਸਕਦੀ ਹੈ, ਸ਼੍ਰੋਮਣੀ ਕਮੇਟੀ ਕਰਾ ਸਕਦੀ ਹੈ, ਚਾਰ ਤੁਹਾਡੇ ਵਰਗੇ ਵਕੀਲ ਅੱਛੇ ਜਾਣ ਆਪਣਾ ਐਕਟ ਹਰ ਇੱਕ ਚੀਫ ਸੈਕਟਰੀ ਨੂੰ ਦੇਣ ਸਟੇਟਾਂ 'ਚ, ਇੱਕ ਸਟੇਟ ਨੂੰ ਉਨਾ ਕੀ ਹੋਏਗੀ, ਕੋਈ ਸਟੇਟ ਅਪੋਜ਼ ਨਹੀਂ ਕਰਦੀ ਜੀ, ਡਿਫਰੈਂਟ ਪੋਲੀਟੀਕਲ ਪਾਰਟੀਆਂ ਦੀਆਂ ਸਰਕਾਰਾਂ ਉਹਨਾਂ ਨੂੰ ਸਾਡੇ ਨਾਲ ਕੀ ਦੁਸ਼ਮਣੀ ਹੈ ਜੀ, ਸਾਰੇ ਸਾਡੇ ਅਪਰੋਚ ਗੱਲ ਅਪਰੋਚ ਕਰਨ ਦੀ ਹੈ ਜੀ, ਉਹ ਐਸ ਜੀ ਪੀ ਸੀ ਜਾਂ ਦਿੱਲੀ ਕਮੇਟੀ ਇਸ ਕੰਮ ਦੇ ਅੱਗੇ ਲੱਗ ਜਾਏ, ਐਕਟ ਆਲ ਇੰਡੀਆ ਐਕਟ ਨਹੀਂ ਹੁੰਦਾ ਆਲ ਇੰਡੀਆ, ਉਦੋਂ 'ਚ ਕੋਈ ਕਹਿਣ ਦੀ ਲੋੜ ਨਹੀਂ ਕਿ ਕਿਸੇ ਨੂੰ ਇਸ ਤੋਂ ਇਨਕਾਰ ਹੋਵੇ, ਇਹ ਰੂਲ ਜੀ ਜੀ, ਇਹਨੂੰ ਬਾਕੀ ਜਿਹੜੀ ਸ਼ਰਤਾਂ ਹੋਰ ਪਾਉਣੀ ਚਾਹੁੰਦੀਆਂ ਕੋਈ ਡਾਈਵੋਰਸ ਦੀ ਕੋਈ ਡਬ, ਉਹ ਜਿਹੜੀਆਂ ਹੁਣ ਐਕਟ ਅਮੈਂਡ ਫਰਦਰ ਅਮੈਂਡ ਹੋ ਸਕਦਾ। ਚਲੋ ਬਹੁਤ ਬਹੁਤ ਜੀ ਜੀ ਜੀ, ਇਹਨੂੰ ਪਹਿਲੇ ਲੱਗ ਗਏ 60 ਸਾਲ ਲੱਗ ਗਏ, ਦੇਖੋ ਅੱਗੇ ਕਦੋਂ ਹੁੰਦਾ, ਕਦੋਂ ਕੋਈ ਕਰਾਏਗਾ ਜੀ, ਗੱਲ ਤਾਂ ਸ਼ੁਰੂ ਕਰਨ ਦੀ ਹੈ ਨਾ ਜੀ 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 ਜੀ, ਸੋ ਸੋਚੀਏ ਵੀ 60 ਸਾਲ ਹੋਰ ਲੰਘਾ ਦਈਏ ਜੀ, ਠੀਕ ਹੈ ਠੀਕ ਹੈ। ਚਲੋ ਬਹੁਤ ਬਹੁਤ ਧੰਨਵਾਦ ਤੁਹਾਡਾ ਸਮਾਂ ਦੇਣ ਦਾ ਔਰ ਇਹਨਾਂ ਮੁੱਦਿਆਂ ਦੇ ਉੱਤੇ ਸਾਨੂੰ ਜਾਣਕਾਰੀ ਦੇਣ ਦਾ, ਸਾਡੇ ਦਰਸ਼ਕਾਂ ਨੂੰ ਸ਼ਾਇਦ ਇਸ ਤੋਂ ਇਹ ਇੱਕ ਸ਼ੁਰੂਆਤ ਹੋਏਗੀ ਕਿ ਇਸ ਦੇ ਉੱਤੇ ਫਰਦਰ ਆਪਣਾ ਹੋਰ ਸਟੱਡੀ ਕਰਕੇ ਇਹਨਾਂ ਚੀਜ਼ਾਂ ਬਾਰੇ ਬਹੁਤ ਬਹੁਤ ਥੈਂਕ ਯੂ ਸਰ, ਓਕੇ ਜੀ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਥੈਂਕ ਯੂ, ਸਤਿ ਸ਼੍ਰੀ ਅਕਾਲ। ਸੋ ਪਿਆਰੇ ਦਰਸ਼ਕੋ, ਇਹ ਸਨ ਸਰ ਤਰਲੋਚਨ ਸਿੰਘ ਜੀ, ਜਿਹੜੇ ਕਿ ਕਾਫੀ ਮਹੱਤਵਪੂਰਨ ਜਾਣਕਾਰੀ ਦੇ ਰਹੇ ਸੀ। ਸਮਾਂ ਹੈ ਇੱਕ ਵਕਫੇ ਦਾ, ਉਹਦੇ ਬਾਅਦ ਮੁੜ ਹਾਜ਼ਰ ਹੁੰਦੇ ਹਾਂ, ਤੁਸੀਂ ਸਾਨੂੰ ਜ਼ਰੂਰ ਕਾਲ ਕਰੋ ਔਰ ਆਪਣੇ ਵਿਚਾਰਾਂ ਨਾਲ ਸਾਨੂੰ ਜਾਣੂ ਕਰਾਓ। ਹਾਥੋਂ ਕੀ ਆਪਣੀ ਦਾਸਤਾਂ ਹੋਤੀ ਹੈ, ਕਭੀ ਸ੍ਰਿਸ਼ਟੀ ਤੋ ਕਭੀ ਵਿਨਾਸ਼, ਯੇ ਦੇਖਤੀ ਹੈ ਕਭੀ ਯੇ ਸਹਾਰਾ ਤੋ ਕਭੀ ਵਿਸ਼ਵਾਸ, ਸਦੀਓਂ ਸੇ ਯੇ ਖਿਲਾਏ ਪੀੜ੍ਹੀਓਂ ਕੋ ਨਿਵਾਲਾ, ਔਰ ਹਰ ਨਿਵਾਲੇ ਮੇ ਹੋ ਸ਼ਕਤੀ ਭੋਗ ਆਟਾ। ਜਬ ਹਾਥੋਂ ਸੇ ਖਿਲਾਨੀ ਹੈ ਦੋ ਵਕਤ ਕੀ ਰੋਟੀ, ਤੋ ਵੋ ਜ਼ਰੂਰ ਹੋ ਸ਼ਕਤੀ ਭੋਗ ਆਟੇ ਸੇ ਬਨੀ, ਆਪਣੇ ਦੇਸ਼ ਕਾ ਨੰਬਰ 1 ਆਟਾ। ਓਬਾਮਾ ਕੇਅਰ ਅਨੁਸਾਰ 2014 ਦੇ ਸ਼ੁਰੂ ਤੋਂ ਅਮੈਰੀਕਨਸ ਲਈ ਹੈਲਥ ਇੰਸ਼ੋਰੈਂਸ ਕਰਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਜੇਕਰ ਤੁਹਾਨੂੰ ਪਹਿਲਾਂ ਤੋਂ ਹੀ ਕੋਈ ਹੈਲਥ ਇਸ਼ੂ ਹੈ, ਤਦ ਵੀ ਇੰਸ਼ੋਰੈਂਸ ਕੰਪਨੀ ਵੱਲੋਂ ਇੰਸ਼ੋਰੈਂਸ ਦੇਣ ਲਈ ਤੁਹਾਨੂੰ ਮਨ੍ਹਾ ਨਹੀਂ ਕੀਤਾ ਜਾਏਗਾ। ਪੰਜਾਬ ਇੰਸ਼ੋਰੈਂਸ ਦੇ ਸਰਟੀਫਾਈਡ ਐਡਵਾਈਜ਼ਰ ਤੁਹਾਨੂੰ ਸਹੀ ਅਤੇ ਵਧੀਆ ਪਲਾਨ ਲੈਣ 'ਚ ਪੂਰੀ ਮਦਦ ਕਰਨਗੇ, ਜਿਸ ਦੀ ਕੋਈ ਫੀਸ ਨਹੀਂ ਹੋਏਗੀ। ਓਬਾਮਾ ਕੇਅਰ ਵਿੱਚ ਐਨਰੋਲ ਹੋਣ ਦੀ ਡੈਡਲਾਈਨ 31 ਮਾਰਚ 2014 ਹੈ। ਸੋ ਅਮੈਰੀਕਾ ਦੇ ਕਿਸੇ ਵੀ ਸ਼ਹਿਰ 'ਚ ਸਾਡਾ ਪ੍ਰੋਗਰਾਮ ਦੇਖ ਰਹੇ ਹੋ, ਓਬਾਮਾ ਕੇਅਰ ਹੈਲਥ ਇੰਸ਼ੋਰੈਂਸ ਕਰਾਉਣ ਲਈ ਪੰਜਾਬ ਇੰਸ਼ੋਰੈਂਸ ਦੇ ਨੰਬਰ 'ਤੇ ਹੁਣੇ ਕਾਲ ਕਰੋ। अपने देश की सभ्यता, अपने ही लोग, अपनी मातृभूमि आपके पास लाते हुए अपने देश की हर ग्रोसरी, आपका अपना अपना बाजार। अपना बाजार कैश एंड कैरी विद लोकेशंस इन न्यूयॉर्क एंड न्यू जर्सी। America's favorite fashion store, Sahil. Visit our showrooms in Chicago and New Jersey or online at www.sahil.com. ਕੁਨਾਲ ਜੁਐਲਰ ਦੇ ਗਹਿਣੇ, ਵਾਹ ਭਾਈ ਵਾਹ ਕਿਆ ਕਹਿਣੇ, ਗਹਿਣਿਆਂ ਨਾਲ ਭਰ ਲੈ ਜਾਓ, ਘਰ ਵਾਲੀ ਨੂੰ ਹੂਰ ਬਣਾਓ, ਕੁਨਾਲ ਜੁਐਲਰ ਤੇ ਆਓ, ਗਹਿਣਿਆਂ ਨਾਲ ਸੱਜ ਤੱਜ ਕੇ ਬਾਗੋ ਬਾਗ ਹੋ ਜਾਓ। ਅਸੀਂ ਤੁਹਾਡੀ ਪਸੰਦ ਦੇ 22 ਅਤੇ 24 ਕੈਰਟ ਦੇ ਕੜੇ, ਚੇਨ, ਕੋਇਨਸ, ਡਾਇਮੰਡ ਕੱਟ ਬੈਂਗਲਸ ਆਰਡਰ ਤੇ ਤਿਆਰ ਕਰਦੇ ਹਾਂ। ਗਹਿਣਿਆਂ ਦੀ ਰਿਪੇਅਰ ਵੀ ਇੱਥੇ ਹੀ ਕਰਦੇ ਹਾਂ। ਤੁਸੀਂ ਆਪਣੀ ਰਾਸ਼ੀ ਦੇ ਬਰਸਟੋਨ ਵੀ ਖਰੀਦ ਸਕਦੇ ਹੋ। ਇਸ ਤੋਂ ਇਲਾਵਾ ਸਾਡੇ ਕੋਲ ਡਾਇਮੰਡ ਜੁਐਲਰੀ ਦੀ ਇੱਕ ਤੋਂ ਵੱਧ ਇੱਕ ਵੈਰਾਈਟੀ ਹੈ। ਹੋਰ ਜਾਣਕਾਰੀ ਲਈ ਬਿੱਟੂ ਨੂੰ ਹੁਣੇ ਕਾਲ ਕਰੋ 718-478-7200। ਯਾਦ ਰੱਖੋ, ਕੁਨਾਲ ਜੁਐਲਰ 37-08-74 Street, ਜੈਕਸਨ ਹਾਈਟਸ, ਨਿਊਯਾਰਕ। ਚਾਏ
ये सब तुम शाही पुलाव के लिए कर रहे हो ना? बना दो ना प्लीज। 49 साल से रोज यही तो खा रहे हो। श्री लाल महल है तो 49 साल कट गए, वरना 49 दिन भी काटने मुश्किल होते। जाओ, नहीं बनाती मैं तुम्हारा शाही पुलाव। बना दो ना प्लीज डार्लिंग। 49 के 50 भी तो करने हैं। गोल्डन जुबिली मनानी है ना। खुशबूदार लंबे दाने वाला श्री लाल महल एम्पायर बासमती राइस। दादी, वाओ, शाही पुलाव। लगता है इस बार दादाजी अपनी एनिवर्सरी नहीं भूले। क्यों? बिल्कुल नहीं भूला। श्री लाल महल एम्पायर बासमती राइस, खिले खिले दाने, खिले खिले आप। मिराज बैंकेट हॉल एंड रेस्टोरेंट। वेडिंग हो गई या बर्थडे पार्टी, मिराज है परफेक्ट हर सेलिब्रेशन में। मिराज इंडियन क्यूजिन विद प्रॉपर सीटिंग फैसिलिटी। विजिटर्स में प्राइवेट पार्किंग फैसिलिटी भी अवेलेबल है। गैट पंजाबी दे दानश्वर दर्शकों का वक्फे दे बाद निघा स्वागत है। तुसी सारी गलबात सुनी और जेडे छोटे छोटे नुक्ते या सुरखियां तुहानू दित्तियां, तुहाडे विचारां दी सानू लोड़ है जी आयां नू। हैलो, हाँ जी, हाँ जी, राम साहब जी, सर आलूवालिया बोल रहे हैं जी। आलूवाली साहब जी आयां नू, हुक्म करो की कहना चाहते हो। हाँ जी, ए जी टाइम्स नाउ पे राहुल गांधी दी इंटरव्यू हुई थी जी। मैं संक्षेप के दो नुक्ते पेश करांगा जी। जी, पहले तो कि अर्नब ने इतने चाइल्ड अब्यूज करता। दूसरा ये कि इदा राहुल का आईक्यू लेवल इतना लो है कि मैं हैरान हूं कि कांग्रेस का वाइस प्रेसिडेंट और ये फ्यूचर प्राइम मिनिस्टर कहो जाएगा और साड़ी जड़ी आन वाली गवर्नमेंट है वो कहो जी होगी। बाकी लोग सारे थोड़े दर्शक जड़े ने सब बड़े जानकार हैगे, वो अंदाजा ला सकते हैं। जी 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 जी, बहुत मेहरबानी जी, बहुत बहुत धन्यवाद। बल्कि ये जो कुछ इंटरव्यू होया है, इदे विच इतने ज़्यादा ट्वीट्स आए और इन्ने ज़्यादा इदे ते, बल्कि एक तो डडलानी दे जड़े कमेंट सी उदे ते ते केजरीवाल ने भी इन्हूं अगे तोर दिता, जिदे ते काफ़ी फिर रौला पैना शुरू होया। बहुत बहुत धन्यवाद। हैलो, हाँ जी, प्यारा सिंह बोल रहा जी। जी जी जी, प्यारा सिंह जी, जी आया नू, वाहेगुरु जी की फतेह। मैं जी दो बेनती करनी है। हाँ जी, आ रही 2014 दी इलेक्शन विच कामयाब होने वाले पंजाब दे सारे एमपी। हाँ जी, पंजाब दे सारे एमपी एक मुद्दा लेके पब्लिक विच इलेक्शन दे मैदान विच उतरन जी, के 1984 दी सिख नस्लकुशी जो है उस दे उत्ते ਉਹਨਾਂ ਦੀ ਬਣੀ ਸਰਕਾਰ ਜੂਨ 2014 ਵਿੱਚ ਸਮੁੱਚੇ ਪਾਰਲੀਮੈਂਟ ਹਾਊਸ ਤੋਂ ਇਨਸਾਫ਼ ਦੀ ਮੰਗ ਕਰੇਗੀ ਜੀ। ਦੂਸਰਾ ਹੈ, ਭਾਰਤ ਦੇਸ਼ ਦੇ ਹੋਰ ਸੂਬਿਆਂ ਵਿੱਚੋਂ ਜੋ ਮਾਈਨੋਰਿਟੀ ਨੂੰ ਇਨਸਾਫ਼ ਦਿਵਾਉਣ ਵਿੱਚ ਵਿਸ਼ਵਾਸ ਰੱਖਦੇ ਹਨ, ਉਹਨਾਂ ਵੀ ਉਹਨਾਂ ਨੂੰ ਨਾਲ ਜੋੜਨ ਅਤੇ ਉਹ ਵੀ ਆਪਣੇ ਮੈਨੀਫੈਸਟੋ ਵਿੱਚ 1984 ਦੇ ਸਿੱਖ ਜੈਨੋਸਾਈਡ ਦੇ ਉੱਤੇ ਸੱਚ ਸਾਹਮਣੇ ਲਿਆਉਣ ਦੇ ਵਾਸਤੇ ਜੋ ਹੈ ਉਹ ਬਾਕੀ ਸੂਬਿਆਂ ਦੇ MP ਨਾਲ ਜੋ ਹੈ ਪਾਰਲੀਮੈਂਟ ਦੇ ਵਿੱਚ ਖੜੇ ਹੋਣਗੇ। ਠੀਕ ਹੈ, ਠੀਕ ਹੈ, ਬਹੁਤ ਬਹੁਤ ਤੁਹਾਡਾ ਧੰਨਵਾਦ। ਤੁਸੀਂ ਬੜੀ ਅੱਛੀ ਇੱਕ ਗੱਲ ਕਹੀ ਹੈ, ਸਾਰੇ ਇਕੱਠੇ ਹੋ ਜਾਣ ਪਰ ਸਿੱਖ ਇਕੱਠੇ ਹੋਣਗੇ, ਇਹ ਇੱਕ ਵੱਖਰਾ ਸਵਾਲ ਹੈ ਅਤੇ ਕਿਸ ਤਰ੍ਹਾਂ ਹੋਣਗੇ। ਤੁਹਾਡਾ ਬਹੁਤ ਬਹੁਤ ਧੰਨਵਾਦ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਨੰਬਰ ਜੀ, ਮੈਂ ਚਰਨਜੀਤ ਸਿੰਘ ਗੁਮਟਾਲਾ ਬੋਲ ਰਿਹਾ। ਜੀ ਜੀ ਜੀ, ਗੁਮਟਾਲਾ ਸਾਹਿਬ ਜੀ ਆਇਆਂ ਨੂੰ। ਮੈਂ ਨਾ ਸਾਹ ਤਰਲੋਚਨ ਸਿੰਘ ਦੀ ਇਸ ਗੱਲ ਨਾਲ ਬਿਲਕੁਲ ਸਹਿਮਤ ਨਹੀਂ। ਹਾਂਜੀ, ਕਿ ਨਵੀਂ ਸਰਕਾਰ ਆਏਗੀ ਅਤੇ ਉਹ ਐਕਟ ਜਿਹੜਾ ਸਿੱਖ ਮੈਰਿਜ ਐਕਟ ਹੈ ਉਹ ਇੰਡੀਪੈਂਡੈਂਟ ਬਣਾਏਗੀ। ਜੀ ਜੀ, ਪਾਰਲੀਮੈਂਟ ਦਾ ਇਜਲਾਸ ਹੁਣ ਹੋਣਾ ਵਾ। ਹਾਂਜੀ, ਫਰਵਰੀ 'ਚ ਜੀ। ਡਾਕਟਰ ਰਤਨ ਸਿੰਘ ਅਜਨਾਲਾ ਨੇ ਪੇਸ਼ ਕੀਤਾ ਵਾ ਜੇ ਉਹ ਸਰਕਾਰ ਖੁਦ ਪੇਸ਼ ਕਰੇ
ਇਹ ਪ੍ਰੈਸ਼ਰ ਬਿਲਡ ਕਰਨ ਸਿੱਖ ਕਰਕੇ ਅਕਾਲੀ ਦਲ ਹਾਂਜੀ ਜਿਵੇਂ ਕੇਜਰੀਵਾਲ ਨੇ ਲੋਕਾਂ ਨੂੰ ਨਾਲ ਲੈ ਕੇ ਮੂਵਮੈਂਟ ਬਣਾਈ ਆ ਜੀ ਇਹ ਵੀ ਜੰਤਰ ਮੰਤਰ ਧਰਨੇ ਦੇਣ ਹਾਂਜੀ ਤੇ ਇਹ ਸਰਕਾਰ ਡਾਕਟਰ ਰਤਨ ਸਿੰਘ ਅਜਨਾਲੇ ਵਾਲਾ ਬਿੱਲ ਸਰਕਾਰ ਪੇਸ਼ ਕਰਕੇ ਪਾਸ ਹੋ ਸਕਦਾ ਹੁਣੇ ਹੋ ਸਕਦਾ ਵਾ ਜੀ 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 ਦੂਜੀ ਗੱਲ ਮੈਂ ਤੁਹਾਨੂੰ ਲਾਸਟ ਇਹ ਕਹਿਣੀ ਆ ਵੀ ਜਦੋਂ ਨਵਾਂ ਪੰਜਾਬੀ ਸਭਾ ਬਣਿਆ ਹਾਂਜੀ ਅਸੀਂ ਇੰਨੀਆਂ ਕੁਰਬਾਨੀਆਂ ਦੇ ਕੇ ਪੰਜਾਬੀ ਸਭਾ ਬਣਾਇਆ ਜੀ ਭਾਸ਼ਾ ਆਧਾਰ ਤੇ ਬਣਾਇਆ ਜੀ ਤਾਂ ਗੁਰਨਾਮ ਸਿੰਘ ਦੀ ਅਗਵਾਈ ਵਾਲੀ ਸਰਕਾਰ ਨੇ ਪੰਜਾਬੀ ਨੂੰ ਰਾਜ ਭਾਸ਼ਾ ਨਹੀਂ ਸੀ ਬਣਾਇਆ ਜੀ ਹਾਂ ਲਕਸ਼ਮਣ ਸਿੰਘ ਗਿੱਲ ਨੇ ਬਣਾਇਆ ਬੀਜੇਪੀ ਜਨਸੰਘ ਨਾਲ ਸੀ ਸਾਹ ਲਕਸ਼ਮਣ ਸਿੰਘ ਗਿੱਲ ਦੀ ਸਰਕਾਰ ਬਣੀ ਕਾਂਗਰਸ ਸਪੋਰਟ ਨਾਲ ਜੀ ਸਾਹ ਲਕਸ਼ਮਣ ਸਿੰਘ ਗਿੱਲ ਨੇ ਪੰਜਾਬੀ ਭਾਸ਼ਾ ਨੂੰ ਇਹ ਰਾਜ ਭਾਸ਼ਾ ਦਰਜਾ ਦਿੱਤਾ ਜੇ ਉਹ ਨਾ ਜੀ ਜੀ ਬਿਲਕੁਲ ਠੀਕ ਹੈ ਤੁਹਾਡੀ ਗੱਲ ਸਰ ਲਕਸ਼ਮਣ ਸਿੰਘ ਗਿੱਲ ਦੀ ਦੇਣ ਬਹੁਤ ਵੱਡੀ ਹੈ ਮੈਂ ਤੁਹਾਡੇ ਉਸ ਗੱਲ ਨਾਲ ਜਿਹੜੀ ਤੁਸੀਂ ਕਹਿੰਦੇ ਹੋ ਕਿ ਹੁਣੇ ਪਾਰਲੀਮੈਂਟ 'ਚ ਕਰ ਲਿਆ ਜਾਏ ਮੇਰਾ ਖਿਆਲ ਹੈ ਸਿੱਖਾਂ ਦੇ ਮਾਮਲੇ ਵਿੱਚ ਭਵਿੱਖਬਾਣੀ ਕਰਨ ਲਈ ਕੋਈ ਜੋਤਿਸ਼ ਸ਼ਾਸਤਰ ਦੀ ਲੋੜ ਨਹੀਂ ਇੱਕ ਭਵਿੱਖਬਾਣੀ ਮੈਂ ਕਰ ਸਕਦਾ ਕਿ ਨੇੜੇ ਭਵਿੱਖ ਵਿੱਚ ਸਿੱਖਾਂ ਦਾ ਇਹ ਕਾਨੂੰਨ ਨਹੀਂ ਬਣੇਗਾ ਹੈਲੋ ਹੈਲੋ ਹਾਂਜੀ ਕੌਣ ਬੋਲ ਰਹੇ ਜੀ ਹੈਲੋ ਹਾਂਜੀ ਨਵਾਂ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੌਣ ਬੋਲ ਰਹੇ ਜੀ ਨਵਾਂ ਸਰ ਮੈਂ ਡਾਕਟਰ ਜਿੰਦਰ ਸਿੰਘ ਬੋਲ ਰਿਹਾ ਜੀ ਨਿਊ ਜਰਸੀ ਤੋਂ ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਹੁਕਮ ਕਰੋ ਹਾਂਜੀ ਕੁਝ ਬੇਨਤੀਆਂ ਕਰਨੀ ਸਰ ਜ਼ਰੂਰ ਇਸ ਤਰ੍ਹਾਂ ਹੈ ਕਿ ਜਿਹੜੀ ਸਾਡੀ ਸਟਰਗਲ ਹੈ ਇਸ ਕਤਲੇਆਮ ਦੇ ਖਿਲਾਫ ਜੀ ਉਹਦਾ ਡਟ ਕੇ ਜਿਹੜਾ ਹੈਗਾ ਮੁਕਾਬਲਾ ਕਰਨਾ ਚਾਹੀਦਾ ਹੈ ਲੇਕਿਨ ਇਹ ਹੈ ਕਿ ਸਾਡੀ ਕੌਮ ਨੂੰ ਗੱਠਜੋੜ ਹੋ ਕੇ ਜਿਹੜੀ ਲਾਇਰ ਦੀ ਜਿਹੜੀ ਹੈ ਨਾ ਸਾਰੇ ਜਿਹੜੇ ਪੜ੍ਹੇ ਲਿਖੇ ਜਿਹੜੇ ਅੱਛੇ ਟੈਲੈਂਟਡ ਲਾਇਰ ਦੀ ਇੱਕ ਐਸੋਸੀਏਸ਼ਨ ਬਣਨੀ ਚਾਹੀਦੀ ਹੈ ਅਤੇ ਇਹ ਪਟੀਸ਼ਨ ਜਿੰਨੀ ਵੀ ਹਨ ਉਹ ਦਿੱਲੀ ਤੋਂ ਇਲਾਵਾ ਬਾਕੀ ਜਿੰਨੀ ਵੀ ਸਟੇਟਸ ਦੇ ਵਿੱਚ ਜੋ ਵੀ ਇਹ ਕਾਂਡ ਹੋਏ ਨੇ ਕਤਲੇਆਮ ਹੋਏ ਨੇ ਜੀ ਦੂਸਰੇ ਜਿਹੜੇ ਮਾਈਨੋਰਟੀ ਜਿਹੜੀ ਹੈਗੀ ਨੇ ਪਾਰਟੀ ਜਿਹੜੀਆਂ ਇੰਡੀਆ ਦੇ ਵਿੱਚ ਸਾਰਿਆਂ ਨੂੰ ਮਿਲਾ ਕੇ ਨਾਲ ਤੇ ਵੀ ਸ਼ੁੱਡ ਫਾਇਲ ਲੋਟ ਆਫ ਦੀਸ ਪਟੀਸ਼ਨ ਨੰਬਰ 1 ਜੀ ਨੰਬਰ 2 ਇਹ ਜਿਹੜੇ ਆਪਣੇ ਤਲੋਚੇ ਸੀ ਜੀ ਕਹਿ ਗਏ ਨੇ ਕਿ ਦੇਖੋ ਜੀ ਐਫ ਆਈ ਆਰ ਜਿਹੜੀ ਹੈ ਉਹ ਰਿਕਾਰਡ ਨਹੀਂ ਮਿਲ ਰਿਹਾ ਲੇਕਿਨ ਸਾਡੇ ਕੋਲ ਇਸ ਲਈ ਲਿਵਿੰਗ ਜਿਹੜੀਆਂ ਵਿਟਨੈਸਿਸ ਹਨ ਇਸ ਲਈ ਵੀ ਬਿਲਕੁਲ ਹੈਗਾ ਸਭ ਕੁਝ ਹੈਗਾ ਮਕਤੂਲ ਵੀ ਹੈਗੇ ਹੈ ਗਵਾਹ ਵੀ ਹੈਗੇ ਹੈ ਉਹ ਐਵੀਡੈਂਸਿਸ ਵੀ ਹੈਗੀਆਂ ਜੇਕਰ ਹੋਰ ਸਾਰੀਆਂ ਥਾਵਾਂ 'ਤੇ ਜੈਨੋਸਾਈਡ ਦੇ ਉੱਤੇ ਮੁਕੱਦਮੇ ਚੱਲ ਸਕਦੇ ਹੈ ਅਜੇ ਵੀ ਕੱਢੇ ਜਾ ਸਕਦੇ ਹੈ 100-100 ਸਾਲ ਬਾਅਦ ਵੀ ਹੋ ਸਕਦੀ ਹੈ ਇਨਕੁਆਇਰੀ ਕਰਕੇ ਅਤੇ ਕੋਈ ਐਸਾ ਕਾਰਨ ਨਹੀਂ ਪਰ ਜੇ ਨੀਅਤ ਹੋਏ ਔਰ ਜੇ ਜਿਹੜੇ ਵਿਕਟਮਸ ਹੈ ਉਹਨਾਂ ਦੇ ਕੋਲ ਅਗਰ ਤਾਕਤ ਹੋਏ ਇਹ ਦੋਨੋਂ ਚੀਜ਼ਾਂ ਦੀ ਜਿਹੜੀ ਕੰਟੀਨਿਊਸਲੀ ਸਾਡੀ ਹੈ ਲੇਕਿਨ ਇੱਕ ਵੀ ਇਹ ਟੂ ਅੰਡਰਸਟੈਂਡ ਕਿ ਅਸੀਂ ਕਿਸ ਏਰੀਆ ਦੇ ਵਿੱਚ ਹੈਗੇ ਇਸ ਲਈ ਹੋਰ ਕਿਹੜੇ ਕਿਹੜੇ ਸਟੈਪਸ ਆਉਂ ਵਾਈਜ਼ਲੀ ਚੱਕਣੇ ਚਾਹੀਦੇ ਨੇ ਠੀਕ ਹੈ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਸੋ ਪਿਆਰੇ ਦਰਸ਼ਕੋ ਇਹ ਅੱਜ ਦੇ ਪ੍ਰੋਗਰਾਮ ਵਿੱਚ ਜਿਹੜੇ ਅਸੀਂ ਤੁਹਾਡੇ ਲਈ ਬਹੁਤ ਹੀ ਅਹਿਮ ਨੁਕਤੇ ਤੁਹਾਨੂੰ ਪੇਸ਼ ਕੀਤੇ ਹੈ ਤੁਸੀਂ ਆਪਣੇ ਵਿਚਾਰ ਜ਼ਰੂਰ ਇਹਦੇ ਬਾਰੇ ਲਿਖ ਭੇਜੋ ਕਿ ਤੁਸੀਂ ਇਸ ਦੇ ਬਾਰੇ ਕੀ ਸੋਚਦੇ ਹੋ ਕਿ ਕੀ ਹੋਣਾ ਚਾਹੀਦਾ ਔਰ ਈਮੇਲ ਜ਼ਰੂਰ ਕਰੋ lamba@getpunjabi.tv ਦੇ ਉੱਤੇ ਇੱਕ ਪ੍ਰੋਗਰਾਮ ਲੈ ਕੇ ਮੁੜ ਹਾਜ਼ਰ ਹੋਵਾਂਗੇ ਇਜਾਜ਼ਤ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੀ ਬੋਲੀ ਆਪਣੀ ਪਹਿਚਾਣ ਪੰਜਾਬੀ ਹਰ ਮਹਿਫਿਲ ਦੀ ਜਾਨ ਪੰਜਾਬੀਆਂ ਦੀ ਹੈ